ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਜਾਣੀ ਜਗਤਾਰ ਸਿੰਘ ਜੱਗੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹਾਏ ਅਤੇ ਨਾਲ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਜਿਵੇਂ ਕਿ ਸਾਡੇ ਪੂਰੀ ਦੁਨੀਆ ਵਿੱਚ ਬੈਠੇ ਘਰਾਂ ਵਿੱਚ ਬੈਠੇ ਦਰਸ਼ਕ ਜਾਣਦੇ ਨੇ ਕਿ ਅੱਜ ਕੱਲ੍ਹ ਮੈਂ ਕੈਲੀਫੋਰਨੀਆ ਮੂਵ ਹੋ ਗਿਆ ਅਤੇ ਕੈਲੀਫੋਰਨੀਆ ਦੇ ਵਿੱਚੋਂ ਜਾਂ ਵੈਸਟ ਕੋਸਟ ਦੇ ਵਿੱਚੋਂ ਅਲੱਗ ਅਲੱਗ ਜਗ੍ਹਾ 'ਤੇ ਜਾ ਕੇ ਪ੍ਰੋਗਰਾਮ ਤੁਹਾਡੇ ਰੂਬਰੂ ਕਰਦੇ ਹਾਂ। ਅਤੇ ਅੱਜ ਵੀ ਮੈਂ ਪਹੁੰਚਿਆ ਜੀ, ਬਹੁਤ ਹੀ ਖੂਬਸੂਰਤ ਸ਼ਹਿਰ ਹੈਗਾ ਜੀ, ਵੈਸੇ ਇਹਨੂੰ ਪਰੀਆਂ ਦਾ ਦੇਸ਼ ਵੀ ਕਹਿੰਦੇ ਨੇ, ਔਰ ਨਵਾਡਾ ਦੇ ਵਿੱਚ ਇਹ ਪੈਂਦਾ। ਤਕਰੀਬਨ ਦੁਨੀਆ ਭਰ ਵਿੱਚ ਬੈਠੇ ਪੰਜਾਬੀ ਇਸ ਸ਼ਹਿਰ ਦਾ ਨਾਮ ਜਾਣਦੇ ਹੋਣਗੇ। ਇਸ ਸ਼ਹਿਰ ਦਾ ਨਾਮ ਹੈ ਜੀ ਰੀਨੋ। ਰੀਨੋ ਜਿੱਥੇ ਹੈਗੇ ਨੇ ਬਹੁਤ ਸਾਰੇ ਕਸੀਨੋ, ਔਰ ਲੋਕ ਇੱਥੇ ਦੂਰੋਂ ਦੂਰੋਂ ਖੇਡਣ ਆਉਂਦੇ ਆ, ਜੂਆ ਖੇਡਣ ਆਉਂਦੇ ਆ। ਵੈਸੇ ਸਿਆਣੇ ਕਹਿੰਦੇ ਆ ਜੂਆ ਕਿਸੇ ਕਾ ਨਾ ਹੋਊਗਾ, ਫਿਰ ਵੀ ਲੋਕ ਖੇਡਦੇ ਨੇ। ਅਤੇ ਸੋ ਅੱਜ ਦਾ ਲਾਈਵ ਪ੍ਰੋਗਰਾਮ ਤੁਹਾਡਾ ਰੀਨੋ ਤੋਂ ਮੈਂ ਪੇਸ਼ ਕਰ ਰਿਹਾ ਜੀ। ਰੀਨੋ ਦੇ ਵਿੱਚ ਸ਼ਿਕਾਗੋਜ਼ ਪੀਜ਼ਾ ਵਿਦ ਏ ਟਵਿਸਟ, ਜੋ ਕਿ ਤਕਰੀਬਨ ਸਾਰੇ ਅਮਰੀਕਾ ਦੇ ਵਿੱਚ ਇਹਨਾਂ ਦੀਆਂ ਬ੍ਰਾਂਚਾਂ ਜਿਹੜੀਆਂ ਹੈਗੀਆਂ ਫਰੈਂਚਾਈਜ਼ ਖੁੱਲ੍ਹ ਚੁੱਕੀਆਂ ਨੇ, ਉਹਨਾਂ ਦੀ ਨਵੀਂ ਗ੍ਰੈਂਡ ਓਪਨਿੰਗ ਜਿਹੜੀ ਆ ਅੱਜ ਰੀਨੋ ਦੇ ਵਿੱਚ ਹੋਈ ਹੈ, ਔਰ ਨਾਲ ਨਾਲ ਹਜੇ ਵੀ ਚੱਲ ਰਹੀ ਹੈ। ਸੋ ਇਸ ਸਿਲਸਿਲੇ ਵਿੱਚ ਅੱਜ ਦਾ ਲਾਈਵ ਪ੍ਰੋਗਰਾਮ ਸਿੱਧਾ ਪ੍ਰਸਾਰਣ ਜਿਹੜਾ ਤੁਹਾਡੇ ਰੂਬਰੂ ਸ਼ਿਕਾਗੋਜ਼ ਪੀਜ਼ਾ ਵਿਦ ਏ ਟਵਿਸਟ ਰੀਨੋ ਦੇ ਵਿੱਚ, ਜੋ ਕਿ ਸਾਊਥ ਵਰਜੀਨੀਆ ਸਟਰੀਟ 'ਤੇ ਹੈਗਾ, ਅੱਜ ਹੀ ਖੁੱਲ੍ਹਿਆ, ਔਰ ਇੱਥੇ ਬਹੁਤ ਰੌਣਕ ਹੈ। ਬਹੁਤ ਦੂਰੋਂ ਦੂਰੋਂ ਸਾਰੇ ਪੰਜਾਬੀ ਵੀ ਆਏ ਨੇ, ਹਰ ਕਮਿਊਨਿਟੀ ਦੇ ਲੋਕ ਇੱਥੇ ਆਏ ਸੀਗੇ। ਅਗਰ ਅਸੀਂ ਮਹਿਕਮਿਆਂ ਦੀ ਗੱਲ ਕਰੀਏ, ਹਰ ਸਰਕਾਰੀ ਮਹਿਕਮੇ ਦੇ ਨੁਮਾਇੰਦੇ ਵੀ ਇੱਥੇ ਆਏ ਸੀ, ਪੁਲਿਸ ਦੇ ਚੀਫ ਵੀ ਆਏ ਸੀ, ਮੇਅਰ ਵੀ ਆਏ ਸੀ, ਸਾਰੇ ਇੱਥੇ ਆਏ ਹੋਏ ਨੇ ਅਜੇ ਵੀ। ਪਰ ਹੁਣ ਹਾਲ ਦੇ ਵਿੱਚ ਜਿੱਥੇ ਅਸੀਂ ਪ੍ਰੋਗਰਾਮ ਪੇਸ਼ ਕਰ ਰਹੇ ਹਾਂ, ਇੱਥੇ ਪੰਜਾਬੀ ਬੈਠੇ ਨੇ, ਨਾਲ ਮੇਰੇ ਮਹਿਮਾਨ ਵੀ ਨੇ। ਮਹਿਮਾਨਾਂ ਬਾਰੇ ਬਾਅਦ ਦੱਸਦਾ, ਪਹਿਲਾਂ ਇੱਕ ਤਾੜੀਆਂ ਮਾਰ ਕੇ ਦੱਸਦਾ ਜੀ ਪੰਜਾਬੀ ਜਿੰਨੇ ਬੈਠੇ ਨੇ। ਅਤੇ ਲਓ ਜੀ, ਹੁਣ ਮੈਂ ਮਹਿਮਾਨਾਂ ਦੀ ਗੱਲ ਕਰਾਂ ਜਿਨ੍ਹਾਂ ਨੇ ਇਹ ਸ਼ਿਕਾਗੋਜ਼ ਪੀਜ਼ਾ ਇੱਥੇ ਖੋਲ੍ਹਿਆ। ਵੈਸੇ ਇਹਦੇ ਫਾਊਂਡਰ ਜਿਹੜੇ ਹੈਗੇ ਨੇ ਹਰਪ੍ਰੀਤ ਸਿੰਘ ਹੁਣੀ ਦੇ, ਸਾਰੇ ਜਾਣਦੇ ਹੋ, ਅਕਸਰ ਜਸ ਪੰਜਾਬੀ ਦੇ ਲਾਈਵ ਪ੍ਰੋਗਰਾਮ ਆਉਂਦੇ ਰਹਿੰਦੇ ਆ। ਅਤੇ ਅੱਜ ਦਾ ਪ੍ਰੋਗਰਾਮ ਰੀਨੋ ਦੇ ਵਿੱਚੋਂ ਮੇਰੇ ਨਾਲ ਮਹਿਮਾਨ ਜਿਹੜੇ ਜੁੜੇ ਨੇ ਬੜੇ ਪਿਆਰੇ, ਸੋ ਇਹਨਾਂ ਦਾ ਨਾਮ ਹੈ ਜੀ ਬਿਸ਼ਨ ਸਿੰਘ ਪਰਮਾਰ ਅਤੇ ਗੁਰਦੀਪ ਕੌਰ ਪਰਮਾਰ। ਇਹਨਾਂ ਵਾਸਤੇ ਤਾੜੀਆਂ ਮਾਰੋ ਜੀ, ਇਹਨਾਂ ਨੇ ਪੀਜ਼ਾ ਖੋਲ੍ਹਿਆ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਸਾਡਾ ਤੁਹਾਡੇ ਇਸ ਸ਼ਿਕਾਗੋਜ਼ ਪੀਜ਼ਾ ਦੇ ਵਿੱਚ। ਤੁਸੀਂ ਸਾਡਾ ਸਵਾਗਤ ਕਰੋ, ਠੀਕ ਹੈ? ਅਸੀਂ ਤੁਹਾਡਾ ਕਰਦੇ ਹਾਂ, ਅਸੀਂ ਤੁਹਾਡਾ ਸਾਡੇ ਪ੍ਰੋਗਰਾਮ 'ਚ ਕਰਦੇ ਹਾਂ। ਬਹੁਤ ਬਹੁਤ ਥੈਂਕ ਯੂ, ਜਿਹੜਾ ਇੰਨੀ ਦੂਰੋਂ ਚੱਲ ਕੇ ਆਏ ਤੁਸੀਂ ਜੀ, ਪੂਰੀ ਦੁਨੀਆ 'ਚ। ਹੁਣ ਤਾਂ ਨੇੜੇ ਆ ਗਏ ਜੀ, ਸੈਕਰਾਮੈਂਟੋ ਆ ਗਏ, ਇਸ ਕਰਕੇ ਬਾਹਲੀ ਦੂਰ ਨਹੀਂ ਹੈਗੀ। ਚਲੋ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ, ਨਾਲ ਹੋਰ ਮਹਿਮਾਨ ਵੀ ਜਿਹੜੇ ਸਾਡੇ ਵਿੱਚ ਜੁੜਨਗੇ। ਅਤੇ ਅੱਜ ਸ਼ਿਕਾਗੋਜ਼ ਪੀਜ਼ਾ ਰੀਨੋ ਦੇ ਵਿੱਚ, ਇੱਕ ਤਾਂ ਵੈਦਰ ਇੱਥੇ ਬੜਾ ਵਧੀਆ, ਚਾਰ ਸਵੇਰੇ ਪਹਾੜ ਨੇ, ਜਿਹੜਾ ਬਾਰਿਸ਼ ਕਹਿੰਦੇ, ਮੇਰੇ ਖਿਆਲ ਔਨ ਡਿਮਾਂਡ ਹੀ ਆ ਜਾਂਦੀ ਜੀ ਇੱਥੇ, ਜਦੋਂ ਮਰਜ਼ੀ ਦਿਲ ਕਰੇ ਮੀਂਹ ਪੈ ਜਾਂਦਾ, ਅਤੇ ਬਰਫ਼ ਵੀ ਕਾਫੀ ਪੈਂਦੀ ਹੈ। ਅਤੇ ਤੁਹਾਨੂੰ ਇੱਥੇ ਰੀਨੋ ਦੇ ਵਿੱਚ ਕਿੰਨੇ ਦੇਰ ਹੋ ਗਏ? ਸਾਨੂੰ ਜੀ 15 ਸਾਲ ਹੋ ਗਏ। ਅੱਛਾ ਜੀ, ਹਾਂਜੀ। ਅਤੇ ਇਕੱਠਿਆਂ ਨੂੰ ਕਿੰਨੀ ਦੇਰ ਹੋ ਗਈ? ਵਿਆਹ ਨੂੰ 22 ਸਾਲ। ਅੱਛਾ, ਫਿਰ ਕਾਫੀ ਦੇਰ ਹੋ ਗਈ ਫਿਰ ਤਾਂ। ਨਹੀਂ, ਮੈਂ ਕਿਹਾ ਇੱਦਾਂ ਬੰਦਾ ਜਦੋਂ ਬਾਹਲੀ ਵਿਆਹ ਨੂੰ ਬਾਹਲੀ ਦੇਰ ਹੋ ਗਏ, ਫਿਰ ਇੱਦਾਂ ਇਕੱਠਾ ਜਾ ਕੇ ਬੈਠਦਾ ਹੁੰਦਾ ਘਰ। ਅਤੇ ਨਹੀਂ, ਤੁਸੀਂ ਇਹਨੂੰ ਡਰਾ ਕੇ ਰੱਖਦੇ ਘਰੇ? ਨਹੀਂ ਜੀ। ਅੱਛਾ, ਨਹੀਂ ਲੱਗਦਾ, ਮੈਂ ਕਹਿੰਦਾ ਲੱਗਦਾ ਥੋੜ੍ਹਾ ਜਿਹਾ ਵੀ ਜਿੱਦਾਂ। ਵੈਸੇ ਸਾਰੇ ਹੀ ਕਹਿੰਦੇ ਹੁੰਦੇ ਪਬਲਿਕਲੀ, ਮੈਂ ਵੀ ਨਹੀਂ ਕਹਿੰਦਾ, ਮੈਂ ਵੀ ਇਹੀ ਕਹਿੰਦਾ ਹੁੰਦਾ, ਮੇਰੀ ਵਾਈਫ ਵੀ ਇਹੀ ਕਹਿੰਦੀ ਹੁੰਦੀ, ਸਾਡਾ ਪਿਆਰ ਬਹੁਤ ਆਪਸ ਦੇ ਵਿੱਚ, ਪਰ ਬਾਅਦ ਦੇ ਵਿੱਚ ਜਿਹੜਾ ਹੁੰਦਾ ਉਹ ਮੀਆਂ ਬੀਵੀ 'ਚ ਹੁੰਦਾ ਮਾੜਾ ਮੋਟਾ, ਚਲੋ ਉਹਦੀ ਕੋਈ ਗੱਲ ਨਹੀਂ। ਖੈਰ, ਬਹੁਤ ਵਧੀਆ ਲੱਗਿਆ ਜੀ ਇੱਥੇ ਆ ਕੇ, ਲਾਈਵ ਪ੍ਰੋਗਰਾਮ ਅਸੀਂ ਕਰ ਰਹੇ। ਇਸ ਤੋਂ ਪਹਿਲਾਂ ਆਪਾਂ ਪ੍ਰੋਗਰਾਮ ਇੱਕ ਰਿਕਾਰਡ ਵੀ ਕੀਤਾ, ਜਿਹੜਾ ਪੁਲਿਸ ਵਾਲਾ ਹੁੰਦਾ, ਉਹ ਵੀ ਸਾਡੇ ਦਰਸ਼ਕਾਂ ਨੂੰ ਬਾਅਦ ਦੇ ਵਿੱਚ ਦਿਖਾਵਾਂਗੇ। ਪਰ ਅੱਜ ਦੇ ਇਸ ਲਾਈਵ ਪ੍ਰੋਗਰਾਮ ਦੀ ਗੱਲ ਕਰੀਏ ਪ੍ਰੋਗਰਾਮ ਦੀ, ਤਾਂ ਤੁਸੀਂ ਸ਼ਿਕਾਗੋਜ਼ ਪੀਜ਼ਾ ਵਿਦ ਏ ਟਵਿਸਟ, ਜਿਹਦੀ ਅੱਜ ਕਿ ਮੇਰੇ ਖਿਆਲ 44ਵੀਂ ਜਾਂ 45ਵੀਂ ਬ੍ਰਾਂਚ ਇੱਥੇ ਖੁੱਲ੍ਹੀ ਹੈ, ਔਰ ਇਹ ਮੈਂ ਕਹਿੰਦਾ ਵੀ ਦੋ ਹੀ ਚੀਜ਼ਾਂ ਵਧੀਆ ਨੇ ਬੜੀ ਤੇਜ਼ੀ ਦੇ ਨਾਲ ਦੁਨੀਆ ਦੇ ਵਿੱਚ। ਪੰਜਾਬ ਦੀ ਗੱਲ ਕਰੀਏ, ਭਾਰਤ ਦੀ ਗੱਲ ਕਰੀਏ, ਭਾਰਤ ਦੀ ਗੱਲ ਕਰੀਏ ਤਾਂ ਉੱਥੇ ਬੜੀ ਤੇਜ਼ੀ ਨਾਲ ਸਭ ਤੋਂ ਵੱਧ ਇੱਕੋ ਹੀ ਚੀਜ਼ ਵਧੀ, ਉਹ ਮਹਿੰਗਾਈ। ਅਤੇ ਅਮੈਰੀਕਾ ਦੀ ਗੱਲ ਕਰੀਏ ਤਾਂ ਸ਼ਿਕਾਗੋ 'ਚ ਪੀਜ਼ਾ ਬੜੀ ਤੇਜ਼ੀ ਨਾਲ ਵਧਿਆ। ਇਹਨੇ 5 ਸਾਲ ਦੇ ਵਿੱਚ ਹੀ, ਇੱਕ 5 ਸਾਲ ਦੀ ਅਗਰ ਬੱਚੇ ਦੀ ਗੱਲ ਕਰੀਏ ਤਾਂ ਬੱਚਾ ਛੋਟਾ ਹੀ ਹੁੰਦਾ, 6ਵੇਂ ਸਾਲ ਸਕੂਲੇ ਪਾਉਂਦੇ ਸੀ ਪਹਿਲਾਂ, ਅਤੇ 5 ਸਾਲ ਦੇ ਉਮਰ ਦੇ ਵਿੱਚ ਇਹਨਾਂ ਨੇ ਬਹੁਤ ਵੱਡਾ ਸਫ਼ਰ ਤੈਅ ਕੀਤਾ, ਔਰ ਪੂਰਾ ਭਰ ਜਵਾਨ ਸ਼ਿਕਾਗੋ 'ਚ ਪੀਜ਼ਾ ਹੋਇਆ। ਸੋ ਤਾੜੀ ਤਾਂ ਬਣਦੀ ਹੈ ਜੀ ਸ਼ਿਕਾਗੋ ਪੀਜ਼ਾ ਵਾਸਤੇ। ਚਲੋ ਹੁਣ ਆਪਾਂ ਗੱਲ ਸ਼ੁਰੂ ਕਰੀਏ, ਇਹ ਕਿਉਂ ਖਿਆਲ ਆਇਆ ਜੀ ਦਿਮਾਗ, ਤੁਹਾਡਾ ਆਈਡੀਆ ਸੀ ਵੀ ਸ਼ਿਕਾਗੋ 'ਚ ਪੀਜ਼ਾ ਦਾ ਕਿ ਇਹਨਾਂ ਦਾ ਸੀ? ਤੁਸੀਂ ਬੜਾ ਗੁੱਸੇ 'ਚ ਗਿਆ ਵੀ ਜਿਵੇਂ ਗਲਤ ਡਿਸੀਜ਼ਨ ਲੈ ਰਿਹਾ ਹੁੰਦਾ। ਅੱਛਾ ਅੱਛਾ, ਵੈਸੇ ਹੀ ਸਟਾਈਲ ਹੈ। ਚਲੋ, ਔਰ ਤੁਹਾਨੂੰ ਲੱਗਦਾ ਵੀ ਇਹ ਡਿਸੀਜ਼ਨ ਬਹੁਤ ਵਧੀਆ ਰਹੇਗਾ, ਕਿਉਂਕਿ ਸ਼ਿਕਾਗੋਜ਼ ਪੀਜ਼ਾ ਪੂਰੇ ਅਮਰੀਕਾ ਦੇ ਵਿੱਚ ਜਿਹੜੇ ਨੇ, ਮੇਰੇ ਖਿਆਲ ਹੋਰ 2-4 ਮਹੀਨਿਆਂ ਦੇ ਵਿੱਚ ਸੈਂਚਰੀ ਇਹਨਾਂ ਦੀ ਪੂਰੀ ਹੋ ਜਾਣੀ ਆ, ਅਤੇ ਵਧੀਆ ਲੱਗੇਗਾ ਬਿਜ਼ਨਸ। ਬਾਕੀ ਰੌਣਕਾਂ ਦੇਖੇ ਲਈਆਂ ਹੋਣੀਆਂ ਅੱਜ ਤੁਸੀਂ? ਰੌਣਕਾਂ ਪੂਰੀਆਂ ਜੀ, ਬਹਿਜਾ ਪੂਰੀ ਗੱਲ। ਬਸੰਤੀ ਸਾਹਿਬ ਦੇਖੋ ਕਿਦਾਂ ਐਂ ਖਿੜੇ ਫਿਰਦੇ ਨੇ, ਪੂਰੇ ਬਸੰਤ ਬਹਾਰ ਵਾਂਗੂ। ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਸਾਡੇ ਮਹਿਮਾਨ ਉਹ ਵੀ ਹੋਣਗੇ ਅਗਲੇ ਜਿਹੜੇ ਆ। ਅਤੇ ਸ਼ਿਕਾਗੋਜ਼ ਪੀਜ਼ਾ ਤੁਸੀਂ ਅੱਜ ਖੋਲ੍ਹਿਆ, ਪਹਿਲਾਂ ਤਾਂ ਸਾਡੀ ਜਸ ਪੰਜਾਬੀ ਦੀ ਟੀਮ ਵੱਲੋਂ, ਅਤੇ ਨਾਲ ਨਾਲ ਪੂਰੀ ਦੁਨੀਆ ਵਿੱਚ ਬੈਠੇ ਪੰਜਾਬੀਆਂ ਵੱਲੋਂ,
ਬਹੁਤ ਬਹੁਤ ਸ਼ੁਭਕਾਮਨਾਵਾਂ ਤੁਹਾਨੂੰ। ਥੈਂਕ ਯੂ। ਠੀਕ ਹੈ ਜੀ, ਪਰਮਾਤਮਾ ਤਰੱਕੀਆਂ ਬਖਸ਼ੇ। ਪਹਿਲਾਂ ਵੀ ਕੰਮ ਕਰ ਤੁਹਾਡੇ ਇੱਥੇ ਕਾਫੀ ਹੈਗੇ ਨੇ, ਅਤੇ ਅੱਜ ਜੀ ਆਪ ਪੀਜ਼ਾ ਨਹੀਂ ਖਾਧਾ, ਲੋਕਾਂ ਨੂੰ ਫ੍ਰੀ ਖਵਾਤਾ ਮੈਂ, ਆਪ ਨਹੀਂ ਹਜੇ ਖਾਧਾ, ਲੱਗਦਾ ਲੱਗਦਾ ਵੀ ਆਪ ਨਹੀਂ ਖਾਧਾ। ਅਤੇ ਬਹੁਤ ਵਧੀਆ ਤੁਹਾਡਾ ਕੰਮ ਕਰ, ਮਿਹਨਤੀ ਤੁਸੀਂ ਹੈਗੇ ਹੋ, ਇੱਥੇ ਸਾਰੇ ਲੋਕ ਜਾਣਦੇ ਨੇ। ਪੰਜਾਬ ਤੋਂ ਫਿਰ ਕਦੋਂ ਆਉਣ ਦਾ ਸੁਭਾਅ ਬਣਿਆ ਇੱਧਰ? ਪੰਜਾਬ 'ਚ ਹੋ ਗਏ ਜੀ 30 ਸਾਲ ਹੋ ਗਏ। 30 ਸਾਲ ਤੋਂ ਜਦੋਂ ਖੇਲਣ ਖੁੱਲਣ ਦੀ ਉਮਰ ਸੀ, ਘਰ ਦੇ ਕਹਿੰਦੇ ਜਾਓ ਕਮਾਓ ਅਤੇ ਖਾਓ। ਨਹੀਂ, ਉਮਰ ਤਾਂ ਹੁਣ ਵੀ ਖੇਲਣ ਦੀ, ਹੁਣ ਕਿਹੜਾ ਲੱਗਦਾ ਦੱਸੋ ਆਦੋ ਵੀ ਤੁਸੀਂ ਤਾਂ ਮੈਨੂੰ ਤਾਂ ਲੱਗਿਆ ਵੀ ਤੁਹਾਡੀ ਹਜੇ 8ਵੀਂ 10ਵੀਂ ਹੋਣੀ ਐਨੀਵਰਸਰੀ ਨੇੜੇ ਤੇੜੇ ਕਿਤੇ, ਤੁਸੀਂ ਵਾਹਵਾ ਦੂਰ ਲੈ ਗਏ ਇੱਥੇ। ਅਤੇ ਅੱਛਾ, ਤੁਹਾਨੂੰ ਕਿਵੇਂ ਲੱਗਦਾ ਜੀ, ਤੁਸੀਂ ਵੀ ਨਾਲ ਸਹਿਯੋਗ ਕਰਦੇ ਹੋ ਇਸ ਬਿਜ਼ਨਸ ਦੇ ਵਿੱਚ, ਸਾਰਿਆਂ ਕੰਮਾਂ ਕਰਨ ਦੇ ਵਿੱਚ ਇੱਧਰ ਕਰਦੇ ਹੋ? ਬਿਲਕੁਲ ਨਹੀਂ, ਮਤਲਬ ਸਹਿਯੋਗ ਵੈਸੇ ਜ਼ਰੂਰਤ ਕਰਕੇ ਕਰਦੇ ਹੋ ਜਾਂ ਨਜ਼ਰ ਰੱਖਣ ਕਰਕੇ ਕਰਦੇ ਹੋ? ਦੋਨੋਂ ਕਰਕੇ ਕਰਦੇ। ਅੱਛਾ ਅੱਛਾ, ਇਹ ਵੀ ਹੋ ਜਾਂਦਾ ਨਹੀਂ ਕਈ ਵਾਰੀ ਨਜ਼ਰ ਰੱਖਣ ਕਰਕੇ? ਚਲੋ, ਬੜੀ ਹਾਂ ਜ਼ਰੂਰੀ ਹੈ ਜੀ, ਜ਼ਰੂਰੀ ਹੈ ਜੀ। ਦੇਖੋ ਸੋਹਣਾ ਸੁਰੱਖਾ ਮੁੰਡਾ, ਹੁਣ ਕੀ ਪਤਾ ਕਿਹੜੀ ਹੀਰੋਇਨ ਪੱਟ ਕੇ ਲੈ ਜੇ, ਹੈ ਜੀ। ਅੱਛਾ, ਅਤੇ ਪੰਜਾਬ ਤੋਂ ਫਿਰ ਕਾਫੀ ਦੇਰ ਹੋ ਗਈ ਤੁਹਾਨੂੰ ਆਇਆ ਨੂੰ, ਹਾਂਜੀ, ਅਤੇ ਉੱਧਰ ਕਿਹੜਾ ਏਰੀਆ ਪੈਂਦਾ ਸਾਡੇ ਦਰਸ਼ਕਾਂ ਨੂੰ ਦੱਸੋ, ਕਿਉਂਕਿ ਜਿਹੜੇ ਘਰਾਂ 'ਚ ਬੈਠੇ ਸਾਡੇ ਪੰਜਾਬੀ ਨੇ ਅਸੀਂ ਉਹ ਜ਼ਰੂਰ ਜਾਣਨਾ ਚਾਹੁੰਦੇ ਹੁੰਦੇ, ਫਿਰ ਉਹਨਾਂ ਦੇ ਵਿੱਚੋਂ ਬਾਹਲੇ ਗੱਲਾਂ ਕਰਦੇ ਨੇ ਆਪਸ ਦੇ ਵਿੱਚ ਪੂਰੀ ਦੁਨੀਆ 'ਚ ਬੈਠੇ। ਅੱਛਾ, ਆਏ ਇਹਨਾਂ ਦੇ ਪਿੰਡ ਨੇੜੇ ਸਾਡਾ ਪਿੰਡ ਪੈਂਦਾ, ਫਿਰ ਜਨਾਨੀ ਕਿ ਨਹੀਂ ਨਹੀਂ ਮੇਰੇ ਨਾਨਕੇ ਵੀ ਉੱਥੇ ਹੀ ਹੈ, ਕਿ ਉਹ ਇਸ ਕਰਕੇ ਉਹ ਜ਼ਰੂਰੀ ਆ, ਪਹਿਲਾਂ ਪਿਛੋਕੜ ਬਾਰੇ ਥੋੜ੍ਹੀ ਜਾਣਕਾਰੀ ਦੀ। ਹਾਂਜੀ, ਅਸੀਂ ਜੰਮੇ ਪਲੇ ਯੂਪੀ ਦੇ ਹਾਂ, ਨੈਨੀਤਾਲ, ਅਤੇ ਹੁਣ ਜਲੰਧਰ 'ਚ ਸੈਟਲ ਹੈ, ਕੋਠੀ ਜਲੰਧਰ ਪਾਈ ਹੈ। ਅੱਛਾ ਜੀ, ਅਤੇ ਨੈਨੀਤਾਲ ਤੋਂ ਜਲੰਧਰ ਤੱਕ ਕੀ ਸਵਾਬ ਬਣਿਆ? ਨੈਨੀਤਾਲ ਬੜਾ ਖੂਬਸੂਰਤ ਸ਼ਹਿਰ ਹੈ। ਹਾਂਜੀ, ਫਿਰ ਜ਼ਿਆਦਾ ਰਿਸ਼ਤੇਦਾਰੀ ਪੰਜਾਬ 'ਚ ਜਿੱਦਾਂ ਹੁੰਦੀ, ਥੋੜ੍ਹਾ ਰਹਿਣ ਦਾ ਟਿਕਾਣਾ ਵੀ ਚਾਹੀਦਾ ਇੱਧਰਲੇ ਪਾਸੇ। ਤੁਹਾਡੇ ਬੈਕਗਰਾਊਂਡ ਕਿੱਥੋਂ ਜੀ, ਇਹਨਾਂ ਤੋਂ ਪਹਿਲਾਂ ਮਤਲਬ ਕਿੱਥੇ ਸੀਗੇ? ਹਾਂਜੀ, ਇਹਨਾਂ ਤੋਂ ਪਹਿਲਾਂ ਸਰਸੇ ਦੀ ਹਰਿਆਣੇ। ਵਾਹ ਜੀ ਵਾਹ। ਹਾਂਜੀ ਹਾਂਜੀ, ਸਰਸਾ ਬੜਾ ਮਸ਼ਹੂਰ ਹੈ ਜੀ ਪੂਰੀ ਦੁਨੀਆ ਦੇ ਵਿੱਚ, ਛਾਇਆ ਪਿਆ ਸਰਸਾ, ਛਾਇਆ ਪਿਆ ਕਿਸ ਗੱਲ ਤੋਂ? ਚਲੋ, ਕਿਸੇ ਵੀ ਨਾ ਬਦਨਾਮ ਹੋਊਗੇ ਤਾਂ ਕਿਆ ਨਾਮ ਨਹੀਂ ਹੋਇਆ, ਅਤੇ ਬੜਾ ਛਾਇਆ ਪਿਆ ਸਰਸਾ, ਔਰ ਗਾਣੇ ਬੜੇ ਬਣੇ ਨੇ ਸਰਸੇ 'ਤੇ ਦੇਖੋ, ਨਹੀਂ ਤਾਂ ਪਹਿਲਾਂ ਪਟਿਆਲਾ ਚੰਡੀਗੜ੍ਹ 'ਤੇ ਗਾਣੇ ਸੀ, ਹੁਣ ਸਰਸੇ 'ਤੇ ਵੀ ਗਾਣੇ ਬਹੁਤ ਬਣ ਗਏ। ਅਤੇ ਤੁਸੀਂ ਵੀ ਨਾਲ ਹੀ ਇਹਨਾਂ ਦੇ ਆ ਗਏ ਸੀ ਇੱਧਰ? ਨਹੀਂ ਜੀ, ਇਹ ਤਾਂ ਮੈਂ ਤਾਂ ਇਹ ਵਿਆਹ ਕਰਕੇ ਲਿਆ ਸੀ, ਮੈਨੂੰ ਅੱਛਾ ਜੀ ਸੀਗਾ। ਹਾਂਜੀ, ਮੈਨੂੰ 20 ਸਾਲ ਹੋਏ ਇੱਥੇ, ਇਹਨਾਂ ਨੂੰ 30 ਸਾਲ। ਚਲੋ, ਬੜੀ ਵਧੀਆ ਗੱਲ ਹੈ ਜੀ, ਬੜੀ ਵਧੀਆ ਗੱਲ ਹੈ। ਅਤੇ ਇਹ ਰੀਨੋ ਦਾ ਕੀ ਮਾਹੌਲ ਹੈ ਆਪਣਾ ਬਿਸ਼ਨਾ ਭਾਅ ਜੀ? ਪਹਿਲਾਂ ਤਾਂ ਨਾਂ ਤੁਹਾਡਾ ਬੜਾ ਘੈਂਟ ਆ, ਬਿਸ਼ਨਾ ਬੜਾ ਮੂੰਹ ਭਰ ਜਾਂਦਾ, ਜਦੋਂ ਪੁਰਾਣੇ ਨਾਮ ਜਿਹੜੇ ਹੁੰਦੇ ਅੱਜ ਕੱਲ੍ਹ ਤਾਂ ਨਾਮ ਹੀ ਨਿੱਕੇ ਨਿੱਕੇ ਆ ਗਏ, ਜਿਵੇਂ ਹੁਣ ਪਹਿਲਾਂ ਬੀਬੀ ਪਾਪਾ ਕਹਿੰਦੇ ਹੁੰਦੇ ਸੀਗੇ, ਹੁਣ ਤਾਂ ਫਿਰ ਪਹਿਲਾਂ ਮੋਮ ਡੈਡ ਡੈਡੀ ਹੋ ਗਿਆ ਕੰਮ ਸਰ, ਪਰ ਤੁਹਾਡਾ ਨਾਮ ਬੜਾ ਵਧੀਆ ਰੱਖਿਆ, ਅਤੇ ਪਰਮਾਰ ਫੈਮਿਲੀ ਹੋ ਤੁਸੀਂ ਹੈਗੇ ਹੋ। ਅਤੇ ਰੀਨੋ ਦੇ ਵਿੱਚ ਪੰਜਾਬੀਆਂ ਦਾ ਕੀ ਮਾਹੌਲ ਲੱਗਦਾ ਤੁਹਾਨੂੰ? ਬਹੁਤ ਵਧੀਆ ਜੀ, ਸੋਹਣਾ, ਕਾਫੀ ਤਰੱਕੀ ਕਰ ਰਹੇ ਪੰਜਾਬੀ, ਸ਼ਹਿਰ ਹੀ ਤਰੱਕੀ ਕਰ ਰਹੀ ਹੈ, ਪੂਰਾ ਸ਼ਹਿਰ, ਪੂਰਾ ਸ਼ਹਿਰ ਹੀ ਤਰੱਕੀ ਕਰ ਰਿਹਾ। ਅਤੇ ਇੱਥੇ ਜਿਹੜਾ ਕੋਈ ਬਾਰਿਸ਼ ਬੁਰਸ਼ ਜਦੋਂ ਹੁੰਦੀ ਕਹਿੰਦੇ ਜ਼ਿਆਦਾ ਕਾਫੀ ਹੁੰਦੀ, ਤਾਂ ਫਿਰ ਕੰਮ ਸਫ਼ਰ ਨਹੀਂ ਕਰਦੇ ਉਹ? ਨਹੀਂ, ਬਹੁਤ ਵਧੀਆ। ਠੀਕ ਹੈ ਜੀ, ਠੀਕ ਹੈ। ਸ਼ਿਕਾਗੋ ਪੀਜ਼ਾ, ਪੀਜ਼ਾ ਤੁਹਾਨੂੰ ਕਿਹੜਾ ਪਸੰਦ ਹੈ ਜੀ ਖਾਣਾ? ਪੂਰੇ ਅਮਰੀਕਾ ਦੇ ਵਿੱਚ ਸਾਡੇ ਪੰਜਾਬੀਆਂ ਵਾਸਤੇ ਜਿਸ ਦੀ ਜ਼ਰੂਰਤ ਸੀ, ਬਹੁਤ ਵੱਡੀ, ਬਹੁਤ ਵੱਡੀ ਜ਼ਰੂਰਤ ਸੀ, ਕਿਉਂਕਿ ਅਸੀਂ ਜਿਹੜੇ ਵੈਜ ਰੈਸਟੋਰੈਂਟ ਤਾਂ ਹੈਗੇ ਨੇ ਜਿੱਥੇ ਪਿਓਰ ਵੈਜ ਮਿਲਦਾ, ਠੀਕ ਹੈ, ਆਮ ਤੌਰ 'ਤੇ ਰੈਸਟੋਰੈਂਟ ਪੰਜਾਬੀ ਅਸੀਂ ਖਾਣੇ ਦੀ ਗੱਲ ਕਰੀਏ, ਅਤੇ ਪਰ ਇਸ ਤਰ੍ਹਾਂ ਦਾ ਪੀਜ਼ਾ ਜਿਹੜਾ ਹੈਗਾ ਪੀਜ਼ੇ ਵਾਲਾ ਕੋਈ ਹੈ ਨਹੀਂ ਸੀਗਾ, ਉਹਦੀ ਇੱਕ ਬੜੀ ਵੱਡੀ ਜ਼ਰੂਰਤ ਸੀ ਜਿਹੜੀ ਇਹਨਾਂ ਨੇ, ਹਰਪ੍ਰੀਤ ਉਹਨਾਂ ਨੇ ਇਹਨਾਂ ਦੀ ਸਾਰੀ ਟੀਮ ਨੇ ਮਿਹਨਤ ਕਰਕੇ ਪੂਰੀ ਕੀਤੀ ਹੈ। ਠੀਕ ਹੈ ਜੀ, ਅਤੇ ਇਹਦੀ ਕੋਈ ਟਾਈਮਿੰਗ ਹੈ ਇਹਦੀ, ਇਸ ਪੀਜ਼ੇ ਖੁੱਲ੍ਹਣ ਦੀ ਟਾਈਮਿੰਗ ਹੈ ਜਿਵੇਂ ਅਸੀਂ? ਇਹ ਤਾਂ ਜੀ ਆਪਣਾ ਹੀ ਆ, ਖੋਲ੍ਹਣਾ ਹੋਇਆ ਬੰਦ ਕਰਨਾ ਤਾਂ ਆਪਣਾ ਹੀ, ਜਦੋਂ ਗਾਹਕ ਫਿਰ ਚੱਲ ਰਿਹਾ, ਇਹਨੇ ਖੋਲ੍ਹਣਾ ਖੋਲ੍ਹਿਆ, ਨਹੀਂ ਖੋਲ੍ਹਣਾ ਨਾ ਖੋਲ੍ਹਿਆ, ਫਿਰ ਅੱਛਾ ਬੰਦ ਕਰਨ ਦੀ ਗੱਲ, ਬੰਦ ਕਰਨ ਦੀ ਗੱਲ, ਖੋਲ੍ਹਣਾ ਤਾਂ ਪੈਣਾ ਹੀ ਆ। ਹਾਂ ਨਹੀਂ, ਖੋਲ੍ਹਣਾ ਤਾਂ ਪਏਗਾ ਜੀ। ਹਾਂ, ਔਰ ਜੇ ਸ਼ਿਕਾਗੋ 'ਚ ਪੀਜ਼ਾ ਦਾ ਇੱਕ ਨਾਮ ਬਣਿਆ ਹੋਇਆ, ਇੱਕ ਇਮੇਜ ਬਣੀ ਹੋਈ ਹੈ, ਇੱਕ ਜਾਣੀ ਕਿ ਗ੍ਰੇਡ ਬਣਿਆ ਹੋਇਆ ਪੂਰੇ ਅਮਰੀਕਾ ਦੇ ਵਿੱਚ, ਉਹਨੂੰ ਮੇਨਟੇਨ ਤਾਂ ਰੱਖਣਾ ਹੀ ਪਏਗਾ। ਠੀਕ ਹੈ ਜੀ, ਬੜੀ ਵਧੀਆ ਗੱਲ ਹੈਗੀ ਇੱਥੇ ਤੁਹਾਡੇ। ਹੋਰ ਕੋਈ ਕੀ ਖਾਸ ਗੱਲ ਕਹਿਣੀ ਚਾਹੁੰਦੇ ਸਾਡੇ ਪੰਜਾਬੀਆਂ, ਦੁਨੀਆ ਭਰ 'ਚ ਬੈਠੇ ਦੇਖਦੇ ਨੇ ਜਦੋਂ ਇੱਥੇ ਆਉਣ, ਮੰਨ ਲਓ ਰੀਨੋ ਆਉਂਦੇ ਆ ਘੁੰਮਣ ਫਿਰਨ, ਬਹੁਤ ਦੁਨੀਆ ਆਉਂਦੀ ਆ, ਅਸੀਂ ਵੀ ਪਹਿਲਾਂ ਘੁੰਮਣ ਹੀ ਆਉਂਦੇ ਹੁੰਦੇ ਸੀ ਇੱਥੇ, ਹੁਣ ਚਲੋ ਕੰਮ ਕਾਰ ਕਰਨਾ ਆਏ ਆ, ਅਤੇ ਜਿਹੜੇ ਘੁੰਮਣ ਆਉਂਦੇ ਨੇ ਲੋਕ ਰੀਨੋ ਦੇ ਵਿੱਚ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਵੀ ਕਦੇ ਰੀਨੋ ਆਉਣ, ਇਹਦੀ ਇੱਕ ਲੋਕੇਸ਼ਨ ਦੱਸ ਦਿਓ ਕਿੱਥੇ ਪੈਂਦੀ ਆ, ਅਤੇ ਤੁਹਾਡੇ ਕੋਲ ਜ਼ਰੂਰ ਆਉਣ, ਸੱਦਾ ਦੇ ਦਿਓ। ਹਾਂਜੀ, ਇਹਦਾ ਐਡਰੈਸ ਹੈਗਾ ਜੀ 1885 1885 ਸਾਊਥ ਵਰਜੀਨੀਆ ਸਟੇਟ ਕਾਰਨਰ ਪਲਮ ਐਂਡ ਵਰਜੀਨੀਆ। ਅਤੇ ਹੋਮ ਡਿਲੀਵਰੀ ਵੀ ਕਰਦੇ ਹੋ? ਹਾਂਜੀ। ਕਿੱਥੋਂ ਤੱਕ? ਸੈਕਰਾਮੈਂਟੋ ਤੱਕ? ਨਹੀਂ, ਸੈਕਰਾਮੈਂਟੋ ਹੈਗੇ ਨੇ ਉੱਥੇ ਹੋਮ ਡਿਲੀਵਰੀ ਵਾਸਤੇ। ਚਲੋ ਜੀ, ਬਹੁਤ ਬਹੁਤ ਸ਼ੁਭਕਾਮਨਾਵਾਂ ਇੱਕ ਵਾਰ ਫਿਰ ਤੁਹਾਨੂੰ, ਥੈਂਕ ਯੂ ਕਿ ਤੁਸੀਂ ਇਹ ਖੋਲ੍ਹਿਆ ਇੰਨਾ ਵੱਡਾ ਬਿਜ਼ਨਸ। ਅੱਜ ਮੈਂ ਦੇਖ ਰਿਹਾ ਜੀ ਮੇਰੇ ਘੱਟੋ ਘੱਟ 1000 ਤੋਂ ਉੱਪਰ ਲੋਕ ਹਾਂਜੀ ਆ ਕੇ ਜਾ ਕੇ ਗਏ ਨੇ, ਔਰ ਜਿਹਦੇ ਵਿੱਚ ਪੰਜਾਬੀਆਂ ਤੋਂ ਇਲਾਵਾ ਹੋਰ ਹਰ ਕਮਿਊਨਿਟੀ ਦੇ ਬੰਦੇ ਸੀ, ਹਰ ਜਿਹੜੇ ਸੀਗੇ ਆਫਿਸਰ ਵੀ ਆਏ ਸੀ ਸਾਰੇ ਤੁਹਾਡੇ ਸੱਦੇ 'ਤੇ। ਸੋ ਬਹੁਤ ਬਹੁਤ ਤੁਹਾਨੂੰ ਇੱਕ ਵਾਰੀ ਫਿਰ ਮੁਬਾਰਕਾਂ।
ਤੇ ਤੁਹਾਡਾ ਵੀ ਧੰਨਵਾਦ ਜੀ ਬਹੁਤ ਬਹੁਤ। ਠੀਕ ਹੈ ਜੀ, ਅਤੇ ਠੀਕ ਹੈ ਠੀਕ, ਬਹੁਤ ਮਿਹਰਬਾਨੀ ਜੀ। ਘਰਾਂ ਵਿੱਚ ਬੈਠੇ ਦਰਸ਼ਕਾਂ ਵਾਸਤੇ ਇੱਕ ਵਾਰ ਫਿਰ ਦੱਸ ਦਵਾਂਗੇ, ਰੀਨੋ ਤੋਂ ਪ੍ਰੋਗਰਾਮ ਅੱਜ ਦਾ ਤੁਹਾਡੇ ਰੂਬਰੂ ਲਾਈਵ ਕਰ ਰਹੇ ਹਾਂ। ਫਿਲਹਾਲ ਬ੍ਰੇਕ ਲੈਣੀ ਪਏਗੀ, ਬ੍ਰੇਕ ਤੋਂ ਬਾਅਦ ਫਿਰ ਕਰਾਂਗੇ ਗੱਲਾਂ ਬਾਤਾਂ ਹੋਰ ਮਹਿਮਾਨ ਦੇ ਨਾਲ। ਦੇਖਦੇ ਰਹੋ ਜਸਟ ਇੰਡੀਆ ਜੀ। ਤੁਹਾਡਾ ਸਭ ਦਾ ਦੇ ਨਾਲ ਨਾਲ ਘਰਾਂ ਵਿੱਚ ਬੈਠੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ ਅਤੇ ਪ੍ਰੋਗਰਾਮ ਅੱਜ ਦਾ ਲਾਈਵ ਤੁਹਾਡੇ ਰੂਬਰੂ। ਰੀਨੋ ਤੋਂ ਨਵਾੜਾ ਦੇ ਵਿੱਚ ਪੈਂਦਾ ਇਹ ਸ਼ਹਿਰ, ਬੜਾ ਖੂਬਸੂਰਤ ਸ਼ਹਿਰ ਹੈਗਾ ਪਹਾੜੀਆਂ ਦੇ ਵਿੱਚ। ਇੱਥੋਂ ਲਾਈਵ ਕਰ ਰਿਹਾ, ਮੇਰੇ ਨਾਲ ਹੁਣ ਮਹਿਮਾਨ ਜਿਹੜੇ ਨੇ ਬਦਲ ਗਏ ਨੇ, ਪਰ ਮਹਿਮਾਨਾਂ ਦੀ ਗੱਲ ਕਰੀਏ, ਮਹਿਮਾਨ ਤਾਂ ਮਹਿਮਾਨ ਨੇ, ਇਹ ਮਹਿਮਾਨ ਵੀ ਅਗਰ ਅਸੀਂ ਗੱਲ ਕਰੀਏ ਸਾਡੀ ਕਮਿਊਨਿਟੀ ਵਾਸਤੇ ਜਾਂ ਸਾਡੇ ਰੀਨੋ ਦੇ ਪੰਜਾਬੀਆਂ ਵਾਸਤੇ ਜਾਂ ਕਿਸੇ ਵੀ ਤਰ੍ਹਾਂ ਦੇ ਹੋਰ ਜਿਹੜੇ ਇੱਥੇ ਲੋਕ ਵੱਸਦੇ ਨੇ ਉਹਨਾਂ ਵਾਸਤੇ ਇੱਕ ਖਾਸ ਸਥਾਨ ਹੈਗਾ ਇਹਨਾਂ ਦਾ, ਉਹਨਾਂ ਦੇ ਦਿਲਾਂ ਦੇ ਵਿੱਚ। ਇਹ ਬਹੁਤ ਸਾਰੇ ਸ਼ੋਆਂ ਦੀ ਅਗਰ ਗੱਲ ਕਰੀਏ, ਬਹੁਤ ਸਾਰੇ ਸ਼ੋਆਂ ਦੀ ਨਹੀਂ, ਤਕਰੀਬਨ ਸਾਰੇ ਸ਼ੋ ਜੋ ਰੀਨੋ ਦੇ ਵਿੱਚ ਹੁੰਦੇ ਨੇ ਪੰਜਾਬੀ ਕਲਾਕਾਰਾਂ ਦੇ, ਉਹ ਵੀ ਇਹੀ ਕਰਾਉਂਦੇ ਨੇ। ਨਾਮ ਵੀ ਇਹਨਾਂ ਦਾ ਬੜਾ ਪਿਆਰਾ, ਬਸੰਤੀ ਬ੍ਰਦਰਸ ਮੇਰੇ ਨਾਲ ਨੇ, ਦਲਜੀਤ ਸਿੰਘ ਬਸੰਤੀ ਅਤੇ ਬਲਜੀਤ ਸਿੰਘ ਬਸੰਤੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਵਾਹ ਜੀ ਵਾਹ, ਵੈਸੇ ਤਾਂ ਨਾਮ ਤੋਂ ਹੀ ਪਤਾ ਲੱਗਦਾ ਜੀ ਕਿ ਬਸੰਤ ਜਿਹੜਾ ਨਾਮ, ਇੱਕ ਸਾਡੇ ਪੰਜਾਬੀ ਸੱਭਿਆਚਾਰ ਦੀ ਗੱਲ ਕਰੀਏ, ਬਸੰਤ ਇੱਕ ਨਾਮ ਐਸਾ ਨਾਮ ਹੈ ਕਿ ਜਦੋਂ ਬਸੰਤ ਆਉਂਦੀ ਹੈ ਉਦੋਂ ਚਾਰੇ ਪਾਸੇ ਖੁਸ਼ਹਾਲੀ ਛਾ ਜਾਂਦੀ ਹੈ ਜੀ। ਜੀ ਬਲਜੀਤ ਸਿੰਘ ਬਸੰਤੀ ਸਾਹਿਬ, ਪਹਿਲਾਂ ਤਾਂ ਤੁਹਾਡਾ ਬਲਜੀਤ ਸਿੰਘ ਬਸੰਤੀ ਇਹ ਨੇ ਜੀ, ਸਾਡੇ ਦਰਸ਼ਕਾਂ ਦੱਸ ਦਈਏ ਉਹ ਦਲਜੀਤ ਸਿੰਘ ਬਸੰਤੀ ਨੇ। ਠੀਕ ਹੈ ਜੀ, ਦੋਨੋਂ ਬਸੰਤੀ ਨੇ ਔਰ ਬੜੇ ਵਧੀਆ ਲੱਗ ਰਹੇ ਨੇ। ਅੱਛਾ ਦਲਜੀਤ ਭਾਈ, ਤੁਹਾਡੇ ਨਾਲ ਗੱਲ ਕਰਦੇ ਪਹਿਲਾਂ, ਰੀਨੋ ਦੇ ਵਿੱਚ ਕਾਫੀ ਦੇਰ ਹੋ ਗਈ ਤੁਹਾਨੂੰ? ਹਾਂਜੀ 22 ਸਾਲ ਹੋ ਗਏ ਸੀ। ਔਰ ਤੁਸੀਂ ਇੱਥੇ ਸ਼ੋਅ ਵਗੈਰਾ ਵੀ ਜਿਹੜੇ ਹੁੰਦੇ ਸਾਰੇ ਇੱਥੇ ਤਕਰੀਬਨ ਤੁਸੀਂ ਕਰਾਉਂਦੇ ਹੋ? ਹਾਂਜੀ। ਅਤੇ ਇਹ ਸ਼ੋਆਂ ਦਾ ਸ਼ੌਕ ਪਹਿਲਾਂ ਤੋਂ ਹੈਗਾ ਜਾਂ ਬਾਅਦ ਦੇ ਵਿੱਚ ਫਿਰ ਦੇਰ ਆ ਕੇ ਹੋਇਆ ਜਾਂ ਪਹਿਲਾਂ ਤੋਂ ਹੀ? ਸ਼ੁਰੂ ਤੋਂ ਹੀ। ਹਾਂਜੀ, ਛੋਟਾ ਹੁੰਦਾ ਸ਼ਰਾਰਤੀ ਹੁੰਦਾ ਸੀ। ਅੱਛਾ, ਮਤਲਬ ਸ਼ਰਾਰਤੀ ਸ਼ੋਅ ਕਰਾਉਂਦੇ ਨੇ ਕਿਉਂਕਿ ਕਲਾਕਾਰ ਸ਼ਰਾਰਤੀ ਹੁੰਦੇ ਨੇ ਸ਼ੋਅ ਕਰਨ ਵਾਲੇ? ਗਾਉਣ ਦਾ ਸ਼ੌਂਕ ਸੀ ਇਸ ਕਰਕੇ। ਵਾਹ ਵਾਹ ਵਾਹ, ਅੱਛਾ ਜੀ, ਗਾਉਣ ਦਾ ਸ਼ੌਕ, ਅੱਛਾ। ਅਤੇ ਤੁਹਾਨੂੰ ਵੀ ਬਲਜੀਤ ਭਾਅ ਜੀ, ਕੋਈ ਸ਼ਿਕਾਇਤ ਹੈਗੀ ਗਾਉਣ ਗੂਣ ਦੀ? ਨਾ ਜੀ, ਗਾਉਣ ਦੀ ਕੋਈ ਸ਼ਿਕਾਇਤ ਨਹੀਂ। ਲਿਖਣ ਲੁਖਣ ਦੀ? ਲਿਖਣ ਦੇ। ਫਿਰ ਤੁਹਾਡਾ ਆਪਣਾ ਕੀ ਕੰਮ ਕਾਰ ਫਿਰ? ਮੈਂ ਜੀ ਪਹਿਲਾਂ ਨਿਊਯਾਰਕ ਸੀ, ਨਿਊਯਾਰਕ ਵਿੱਚ ਬਲਜੀਤ ਹੋਣੀ ਮੇਰੇ ਕੋਲ ਆਏ ਸੀ। ਅੱਛਾ ਜੀ। ਅਤੇ ਫਿਰ ਅਸੀਂ 95 ਦੇ ਵਿੱਚ ਇੱਥੇ ਕੈਲੀਫੋਰਨੀਆ ਮੂਵ ਹੋ ਗਏ ਸੀ, ਆਪਣੇ ਸੈਨ ਫ੍ਰਾਂਸਿਸਕੋ ਰਹਿੰਦੇ ਸੀ। ਉੱਥੇ ਵੀ ਆਪਣੇ ਹੈ ਜੀ, ਆਪਣੇ ਕਾਰੋਬਾਰ ਇੱਥੇ ਇੱਥੇ ਵੀ, ਇੱਥੇ ਬੋਟਲ ਨੇ ਆਪਣੇ। ਅੱਛਾ ਜੀ। ਹਾਂਜੀ ਠੀਕ ਹੈ। ਇਸ ਕਰਕੇ ਰਾਹੁਲ ਡਾਲ ਵਰਗੇ ਚਲੇ ਗਿਆ। ਬਾਕੀ ਗੱਲ ਕਰੀਏ ਬਸੰਤੀ ਬ੍ਰਦਰ ਦੀ, ਵੈਸੇ ਬਸੰਤੀ ਨਾਮ ਹੀ ਇੱਕ ਐਸਾ ਨਾਮ ਆ ਵੀ ਕਿਤੇ ਵੀ ਨਾਮ ਲੈ ਲਓ, ਚਾਹੇ ਨਿਊਯਾਰਕ ਨਾਮ ਲੈ ਲਓ, ਚਾਹੇ ਟੈਕਸਸ ਚਲ ਜਾਓ, ਚਾਹੇ ਕੈਲੀਫੋਰਨੀਆ ਦੀ ਗੱਲ ਕਰ ਲਓ, ਤਾਂ ਨਾਮ ਸਾਰੇ ਪੰਜਾਬੀ ਜਾਣਦੇ ਨੇ ਕਿਉਂਕਿ ਤੁਸੀਂ ਕਾਫੀ ਵਿਚਰਦੇ ਹੋ, ਖਾਸ ਤੌਰ 'ਤੇ ਤੁਸੀਂ ਤਾਂ ਛੂਆਂ ਛੂਆਂ ਦਾ ਕਰਕੇ ਵੀ। ਵੈਸੇ ਵੀ ਜਿਹੜੇ ਇੱਧਰ ਕੋਈ ਕੰਮ ਹੁੰਦਾ ਕਿਸੇ ਕਮਿਊਨਿਟੀ ਦਾ, ਚਾਹੇ ਅਸੀਂ ਉਹ ਗੱਲ ਕਰੀਏ ਧਾਰਮਿਕ ਕੰਮ ਦੀ ਗੱਲ ਕਰੀਏ, ਚਾਹੇ ਸੋਸ਼ਲ ਕੰਮ ਦੀ ਗੱਲ ਕਰੀਏ, ਚਾਹੇ ਖੇਡਾਂ ਹੋਣ, ਚਾਹੇ ਕੋਈ ਹੋਰ ਪ੍ਰੋਗਰਾਮ ਧਾਰਮਿਕ ਹੋਵੇ, ਤਾਂ ਤੁਸੀਂ ਵੱਧ ਚੜ੍ਹ ਕੇ ਉਹਦੇ 'ਚ ਹਿੱਸਾ ਲੈਂਦੇ ਹੋ। ਇਹ ਸ਼ੁਰੂ ਤੋਂ ਹੀ ਪਰਿਵਾਰ ਦੇ ਵਿੱਚੋਂ ਹੀ ਇਸ ਤਰ੍ਹਾਂ ਦਾ ਸੁਭਾਅ ਬਣਿਆ ਜੀ ਕਿ ਇੱਧਰ ਆ ਕੇ, ਵੈਸੇ ਮੈਂ ਸਭ ਤੋਂ ਪਹਿਲਾਂ ਤਾਂ ਇੱਧਰ ਹੁੰਦਾ ਵੀ ਕੰਮ ਕਾਰ ਸੈੱਟ ਹੋਵੇ, ਬਾਕੀ ਗੱਲਾਂ ਉਦੋਂ ਬਾਅਦ 'ਚ ਹੁੰਦੀਆਂ। ਅਸੀਂ ਪਿੱਛੋਂ ਵੀ ਆਪਣੇ ਪੰਜਾਬ ਸਮਰਾਲੇ ਕੋਲ ਸਾਡਾ ਪਿੰਡ ਮੁਸ਼ਕਾਵਲ ਖਰੀਦੀ ਹੈ ਜੀ। ਹਾਂਜੀ, ਮੁਸ਼ਕਾਵਲ ਸਾਡੀ ਪਰਿਵਾਰ, ਸਾਨੂੰ ਖਾਲਸਾ ਪਰਿਵਾਰ ਕਹਿੰਦੇ ਨੇ, ਅਤੇ ਸਾਡਾ ਨਾਮ ਉੱਥੇ ਕੋਈ ਘੱਟੇ ਜਾਣਦੇ, ਸਾਨੂੰ ਸਿਰਫ ਖਾਲਸਾ ਪਰਿਵਾਰ ਕਰਕੇ ਜਾਣਦੇ ਆ। ਅੱਛਾ ਜੀ। ਅਸੀਂ ਹੁਣ ਤੱਕ ਇੱਥੇ ਜਿੰਨਾ ਹੱਦ ਕੋਸ਼ਿਸ਼ ਹੁੰਦੀ ਹੈ ਉੱਥੇ ਵੀ ਹੈਲਪ ਕਰਦੇ ਰਹੇ, ਇੱਥੇ ਆ ਕੇ ਵੀ ਹੈਲਪ ਕਰਦੇ, ਹੁਣ ਤੱਕ ਅਸੀਂ 44 ਲੋਕਾਂ ਨੂੰ ਬਿਜ਼ਨਸ ਲੈ ਕੇ ਦੇ ਚੁੱਕੇ ਹਾਂ ਜੀ, ਕਰਕੇ 44 ਪੁੜਸ ਫਰੈਂਚਾਈਜ਼ ਇੱਥੇ, ਮਤਲਬ ਬਿਜ਼ਨਸ ਦੇ ਵਿੱਚ ਉਹਨਾਂ ਨੂੰ ਬਸ ਠੀਕ ਹੈ, ਹੈਲਪ ਕਰੀ ਹੈ ਕੋਈ, ਇਹਨਾਂ ਨੂੰ ਸ਼ੋਪਿੰਗ ਸੈਂਟਰ ਲੈ ਕੇ ਦਿੱਤੇ ਨੇ, ਜਿਵੇਂ ਭਾਟੀਆ ਸਾਹਿਬ ਬੈਠੇ ਆ ਇਹਨਾਂ ਨੂੰ ਵੀ ਸ਼ੋਪਿੰਗ ਸੈਂਟਰ ਲੈ ਕੇ ਦਿੱਤਾ ਹੈ। ਅੱਛਾ, ਕਾਫੀ ਹੁਣ ਵਿਸ਼ਵ ਭਾਅ ਜੀ ਦੇ ਉਹਨਾਂ ਨੂੰ ਵੀ ਆਪਣੇ ਇੱਥੇ ਸਭ ਵੀ ਜੇ ਖੁੱਲ੍ਹਿਆ। ਹਾਂਜੀ। ਅਤੇ ਹਰਪ੍ਰੀਤ ਭਾਅ ਜੀ ਮੈਨੂੰ ਪਹਿਲਾਂ ਤਾਂ ਸ਼ੁਰੂ ਤੋਂ ਜਾਣਦੇ ਸਾਨੂੰ ਭਾਈਆਂ ਦੋਨਾਂ ਕਿੰਨਾ ਨੂੰ, ਅਤੇ ਜਿਸ ਜਦ ਨਾ ਕੋਈ ਇੱਕ ਸਟੋਰ ਹੁੰਦਾ ਸੀਗਾ ਅਜਿਹੀ ਸਭ ਤੋਂ ਅਸੀਂ ਉਸ ਟਾਈਮ 'ਤੇ ਜਾਣਦੇ, ਹੁਣ ਉਹਨਾਂ ਕੋਲ ਦੇ ਲੋਕ ਆਪਣੀ ਪੂਰੀ ਚੇਨ ਗੱਡੀ ਬੜੀ ਬਣ ਗਈ ਹੈ। ਬਿਲਕੁਲ ਜੀ, ਇਹ ਮਿਹਨਤ ਹੈ। ਔਰ ਤੁਹਾਡਾ ਵੀ ਇੱਧਰ ਜਿੱਥੇ ਵੀ ਗੱਲ ਕਰੀਏ ਤੇ ਬਸੰਤੀ ਬਸੰਤੀ ਹੁੰਦੀ ਹੈ, ਇਹ ਬਸੰਤੀ ਇਹ ਗੋਤ ਪੈਂਦਾ ਤੁਹਾਡਾ ਕੀ ਹੈ? ਲਾਸਟ ਨੇਮ ਬਸੰਤੀ ਹੈ, ਵੈਸੇ ਬਹੁਤ ਘੱਟ ਨਾਮ ਇਹ, 26 ਪਿੰਡ ਹੈਗੇ ਪੰਜਾਬ ਵਿੱਚ, ਪੰਜਾਬ 'ਚ। ਹਾਂਜੀ ਹਾਂਜੀ, ਪ੍ਰੇਮ ਸਿੰਘ ਚੰਦੂਮਾਜਰਾ ਜੀ ਸਾਡੇ ਗੋਤੀ ਨੇ। ਅੱਛਾ ਜੀ, ਬਸੰਤੀ ਨੇ। ਹਾਂਜੀ, ਇਹ ਤੋਂ ਮਰੀ ਆਪਣੇ ਟਕਸਾਲੀ, ਉਹ ਵੀ ਸਾਡੇ ਸਾਥੀ, ਉਹ ਵੀ ਸਿੰਧੂ ਪੈਰ ਵਿੱਚ। ਅੱਛਾ, ਉਹ ਵੀ ਬਸੰਤੀ ਨੇ? ਹਾਂਜੀ, ਉਹ ਵੀ ਬਸੰਤੀ ਨੇ। ਸੋ ਜਿਵੇਂ ਮਹਾਨ ਹਸਤੀਆਂ ਬਸੰਤੀ ਨੇ, ਹਾਂਜੀ, ਉਹਨਾਂ ਵਿੱਚ ਤੁਸੀਂ ਮਹਾਨ ਹਸਤੀ ਹੋ ਜੀ, ਰੀਨੋ ਦੀ ਇੱਕ ਮਹਾਨ ਹਸਤੀ ਹੈਗੇ ਹੋ ਤੁਸੀਂ ਵੀ ਇੱਥੇ, ਅਤੇ ਪਰ ਤੁਸੀਂ ਉੱਦਾਂ ਆਮ ਤਾਂ ਬੜਾ ਸ਼ੁਗਲ ਮੇਲਾ ਕਰਦੇ, ਤਾਂ ਇੱਥੇ ਥੋੜ੍ਹੇ ਘੁੱਟਣਾ ਪੈਣਾ ਕਿਤੇ ਕਿਤੇ ਕੌਣ ਕੌਣ ਸੁਣਦਾ? ਅੱਛਾ, ਨਹੀਂ ਨਹੀਂ, ਇਹ ਸਾਰੇ ਪਿਆਰ ਕਰਨ ਵਾਲੇ ਹੈਗੇ ਨੇ ਜਸ ਪੰਜਾਬੀ ਨੂੰ। ਸ਼ਿਕਾਗੋ ਪੀਜ਼ਾ ਪਾ ਖਾ ਕੇ ਤਾਂ ਮੇਰੇ ਵੀ ਗੱਲ 'ਚ ਥੋੜ੍ਹੀ ਖਾਰਿਸ਼ ਜੀ ਹੋਣ ਲੱਗ ਪਈ ਆ, ਅਤੇ ਬੜਾ ਵਧੀਆ ਇੱਥੇ ਸ਼ਿਕਾਗੋ ਪੀਜ਼ਾ ਦੀ ਥੋੜ੍ਹੀ ਜੀ ਗੱਲ ਕਰੀਏ ਆਪਾਂ, ਕਿਉਂਕਿ ਤੁਹਾਡੇ ਇਹ ਲੋਕੇਸ਼ਨ ਤੁਹਾਡੀ ਹੈਗੀ ਹੈ, ਤੁਹਾਡੇ ਨਾਲ ਹੀ ਇੱਥੇ ਮੋਟਲ ਹੈਗਾ, ਅਤੇ ਮੋਟਲ ਦੇ ਨਾਲ ਹੀ ਇਹ ਬਣੀ ਹੋਈ ਲੋਕੇਸ਼ਨ ਬੜੀ ਵਧੀਆ, ਅਤੇ ਪਾਰਕਿੰਗ ਪੂਰਕਿੰਗ ਦੀ ਕੋਈ ਸਮੱਸਿਆ ਨਹੀਂ, ਬਹੁਤ ਖੁੱਲ੍ਹੀ ਪਾਰਕਿੰਗ ਹੈਗੀ ਆ। ਅਤੇ ਸ਼ਿਕਾਗੋ 'ਚ ਪੀਜ਼ਾ ਵਾਲਿਆਂ ਨਾਲ ਵੀ ਤੁਹਾਡਾ ਸ਼ੁਰੂ ਤੋਂ ਪਿਆਰ ਰਿਹਾ ਕਾਫੀ?
ਆਪਣੇ ਨਛੱਤਰ ਭਾਅ ਜੀ ਨੂੰ ਦੂਜੀ ਲੋਕੇਸ਼ਨ ਖੋਲ੍ਹੀ ਆ ਕਿਤੇ ਕਿਤੇ, ਉਹ ਵੀ ਆਪਾਂ ਹੀ ਲੈ ਕੇ ਦਿੱਤੀ ਹੈ ਅਤੇ ਬਿਸ਼ਨ ਭਾਅ ਜੀ ਆਪਣੇ ਅਸੀਂ ਨਾਲ ਮਿਲ ਕੇ ਸਾਰਾ। ਬਹੁਤ ਵਧੀਆ ਗੱਲ ਹੈ ਜੀ, ਚੰਗੀ ਗੱਲ ਹੈ, ਇਹੋ ਜਿਹਾ ਜਿਹੜੀ ਕਿ ਬਖਸ਼ਿਸ਼ ਪਰਮਾਤਮਾ ਵੱਲੋਂ ਹੁੰਦੀ ਹੈ, ਬਹੁਤ ਘੱਟ ਲੋਕਾਂ ਨੂੰ ਹੁੰਦੀ ਹੈ, ਨਹੀਂ ਤਾਂ ਆਮ ਤੌਰ 'ਤੇ ਪੈਸਾ ਬਹੁਤ ਲੋਕਾਂ ਕੋਲ ਹੁੰਦਾ ਲੇਕਿਨ ਕਿਸੇ ਦੀ ਮਦਦ ਕਰਨ ਦਾ ਦਿਲ ਉਹ ਨਹੀਂ ਹੁੰਦਾ। ਕੁਛ ਲੋਕਾਂ ਨੂੰ ਪਰਮਾਤਮਾ ਨੇ ਬਖਸ਼ਿਸ਼ ਹੀ ਐਸੀ ਕੀਤੀ, ਉਹਨਾਂ ਕੋਲ ਪੈਸਾ ਹੋਵੇ ਨਾ ਹੋਵੇ ਉਹਨਾਂ ਨੇ ਹੈਲਪ ਜਿਹੜੀ ਲੋਕਾਂ ਦੀ ਕਰਨੀ, ਤੁਸੀਂ ਬਹੁਤ ਵਧੀਆ ਹੈਲਪ ਕਰਦੇ ਹੋ ਅਤੇ ਤੁਸੀਂ ਫਿਰ ਇਸੇ ਕਾਰ ਇਕੱਠੇ ਹੀ ਹੋ ਕਾਰੋਬਾਰ 'ਚ ਜੀ। ਹਾਂਜੀ, ਸਾਡੇ ਕੋਲ ਮੋਟਰ ਲੈ ਜੀ, ਆਪਣੇ ਆਪ ਹੀ ਮੋਟਰ ਆਪਣੀ ਹੈ ਜੀ, ਅਤੇ ਜਿੱਥੇ ਉੱਧਰ ਨਛੱਤਰ ਭਾਅ ਜੀ ਨੂੰ ਆਪਣੇ ਆਪ ਸਟਾਪ ਵੀਜ਼ਾ ਕਰਵਾਇਆ ਜੀ, ਉੱਥੇ ਵੀ ਆਪਣਾ ਫੈਸਟ ਫੂਡ ਹੈ ਜੀ, ਬੋਰਡ ਆਫ ਸਾਹਿਬ ਸੈਂਟਰ ਦੇ ਵਿੱਚ। ਇੱਕ ਭਾਅ ਜੀ ਦਲਜੀਤ ਭਾਅ ਜੀ, ਲੋਕਾਂ ਦੇ ਵਿੱਚ ਆਮ ਦੇਖਾ ਦੇਖੀ ਬੜਾ ਕੰਮ ਹੁੰਦਾ ਵੀ ਜਿਵੇਂ ਤੁਹਾਡੇ ਵੱਲ ਦੇਖਦੇ ਹੋਣਗੇ ਪਿਛਲੀ ਮਿਹਨਤ ਕੋਈ ਨਹੀਂ ਦੇਖਦਾ, ਹੁਣ ਕਹਿੰਦੇ ਹੋਣੇ ਜਿਹੜਾ ਕਹਿੰਦਾ ਹੁਣ ਲੈ ਵੀ ਆ ਤਿੰਨੇ ਭਰਾ ਦੇਖੋ, ਬਸੰਤੀ ਭਰਾ ਵਿਹਲੇ ਤੁਰੇ ਫਿਰਦੇ ਆ, ਇੰਨੇ ਹੋਟਲ ਨੇ, ਇੰਨੇ ਬਿਜ਼ਨਸ ਨੇ, ਚਲੋ ਆਪਾਂ ਵੀ ਹੋਟਲ ਖੋਲ ਲਈਏ। ਹਾਂਜੀ, ਪਰ ਹੋਟਲਾਂ ਦੇ ਪਿੱਛੇ ਉਹ ਮਿਹਨਤ ਜਿਹੜੀ ਕੋਈ ਨਹੀਂ ਦੇਖਦਾ, ਅਤੇ ਤੁਹਾਨੂੰ ਵੀ ਉਹ ਪਹਿਲੇ ਸਮਿਆਂ ਦੇ ਵਿੱਚ ਬਹੁਤ ਵੱਡੀ ਸਟਰਗਲ ਕਰਨੀ ਪਈ ਹੋਈ ਹੈ, ਨਹੀਂ ਕੰਮ ਕੰਮ ਇੱਕ ਅਲੱਗ ਚੀਜ਼ ਆ, ਇੱਕ ਮਿਹਨਤ ਕਰਕੇ ਸਟਰਗਲ ਕਰਕੇ ਬਿਲਕੁਲ ਜ਼ੀਰੋ ਤੋਂ ਇੱਥੋਂ ਤੱਕ ਆਉਣਾ ਹੈ, ਉਹਦੇ ਵਾਸਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਕਾਊਂਟ ਕਰਦੇ ਜੀ। ਹੁਣ ਸਾਡੇ ਦਰਸ਼ਕ ਦੇਖ ਰਹੇ ਨੇ ਬਹੁਤ ਸਾਰੇ, ਇੱਥੇ ਵੀ ਸੁਣ ਰਹੇ ਨੇ, ਦੇਖ ਰਹੇ ਨੇ ਬਹੁਤ ਸਾਰੇ ਲੋਕ ਬਿਜ਼ਨਸ ਦੇ ਵਿੱਚ ਪੈਣਾ ਚਾਹੁੰਦੇ ਨੇ, ਅਤੇ ਉਹਨਾਂ ਨੂੰ ਬਾਹਲੇ ਲੋਕਾਂ ਨੂੰ ਇਹ ਲੱਗਦਾ ਵੀ ਉਹ ਅੱਛਾ, ਉਹਦੇ ਯਾਰ ਇੱਕ ਗੈਸ ਸਟੇਸ਼ਨ ਸੀ 2 ਸਾਲ ਪਹਿਲਾਂ, ਹੁਣ 10 ਹੋ ਗਏ, ਫਲਾਨੇ ਦਾ ਇੱਕ ਹੋਟਲ ਸੀ ਹੁਣ 4 ਹੋ ਗਏ, ਫਲਾਨੇ ਦਾ ਇੱਕ ਸਟੋਰ ਸੀ ਹੁਣ 8 ਹੋ ਗਏ, ਅਤੇ ਉਹ ਲੱਗਦਾ ਵੀ ਐਵੇਂ ਹੀ ਹੋ ਗਏ। ਇਹ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਇਹ ਕਿਵੇਂ ਹੁੰਦੇ ਨੇ, ਕਿੰਨੇ ਇੰਨਾ ਸੌਖਾ ਕੰਮ ਨਹੀਂ ਹੈਗਾ, ਇਹ ਜ਼ਰੂਰ ਦੱਸੋ। ਸਾਡੇ ਭਾਅ ਜੀ ਤੁਹਾਡੇ ਵੱਡੇ ਭਾਈ ਸਾਹਿਬ ਨੇ, ਇਹਨਾਂ ਨੇ ਸਾਨੂੰ ਬੁਲਾਇਆ ਇੱਥੇ ਅਮੈਰੀਕਾ, ਮੈਂ ਦਲਜੀਤ ਨਾਲ ਛੋਟਾ ਅਵਤਾਰ ਉਦੋਂ ਛੋਟਾ, ਸਾਡੇ 150 ਸਾਲ ਹੋ ਗਏ ਸਾਡੇ ਕੋਈ ਘਰ। ਅੱਛਾ ਜੀ, ਨਾ ਸਾਡਾ ਤਾਇਆ ਚਾਚਾ ਵੀ ਅਲੱਗ ਹੋਇਆ, ਅਸੀਂ ਇੱਥੇ ਵੀ ਇਕੱਠੇ ਹਾਂ, ਸਾਡੇ ਕੋਲ ਘਰ ਕਾਫੀ 20-22 ਘਰ ਨੇ, ਸਾਡੇ ਕੋਲ ਇੱਥੇ 8-10 ਘਰ ਨੇ, ਪਰ ਰਹਿੰਦੇ ਅਸੀਂ ਇੱਕੋ ਘਰ 'ਚ। ਵਾਹ ਜੀ ਵਾਹ। ਹਾਂਜੀ, 150 ਸਾਲ ਹੋ ਗਏ ਇੱਕੋ ਹੀ ਘਰ ਹੈ, ਸਾਡੇ ਵਾਈਫ ਅਸੀਂ 4 ਭਰਾ ਇੱਕ ਇੰਡੀ, ਸਾਡੇ ਬ੍ਰਦਰ ਨੇ, ਅਸੀਂ 4 ਗਰਾਂ ਦੇ ਵਿਆਹ ਹੋਏ ਹਾਂ, ਗਰਾਂ ਦਾ ਇੱਕ ਬੰਦਾ ਵਿਆਹ ਨਹੀਂ ਮੰਨਦਾ, ਗਰਾਂ ਦੇ ਵਿਆਹ ਹੋਏ ਆ, ਅਤੇ ਉਹਨਾਂ ਨੇ ਵੀ ਸਾਨੂੰ ਬਹੁਤ ਪੂਰਾ, ਸਾਡੀ ਵਾਈਫ ਨੇ ਸਾਰਿਆਂ ਨੂੰ ਪੂਰਾ ਸਾਥ ਦਿੱਤਾ, ਅਤੇ ਅਸੀਂ ਓਪਨ ਟੂ ਕਲੋਜ਼ ਬਿਜ਼ਨਸ ਕਰ ਰਹੇ ਹਾਂ, ਜਿੰਨੀ ਅਸੀਂ ਮਿਹਨਤ ਕੀਤੀ 4 ਭਰਾਵਾਂ, ਸਾਡੀ 4 ਦੀ ਵਾਈਫ ਨੇ, ਅਤੇ ਅਸੀਂ ਓਪਨ ਟੂ ਕਲੋਜ਼ ਕੰਮ ਕਰ ਰਹੇ ਹਾਂ, ਅਸੀਂ ਜਾਣੀ ਸਮਝ ਲਓ ਮਹਾਰਾਜ ਨੇ 1000 ਗੁਣਾ ਸਾਨੂੰ ਮਿਹਨਤ ਫਲ ਦਿੱਤਾ। ਦੇਖੋ ਜੀ, ਸਭ ਤੋਂ ਪਹਿਲਾ ਪੁਆਇੰਟ ਜਿਹੜਾ ਮੈਂ ਸਮਝਦਾ ਕਾਮਯਾਬੀ ਦਾ ਰਾਜ ਜਿਹੜੀਆਂ ਤੁਹਾਡੀਆਂ ਗੱਲਾਂ 'ਚੋਂ ਨਿਕਲ ਕੇ ਸਾਹਮਣੇ ਆਇਆ, ਸਭ ਤੋਂ ਪਹਿਲਾ ਪੁਆਇੰਟ ਤਾਂ ਇਹੀ ਹੈ ਵੀ ਅਗਰ ਤੁਹਾਡੇ 'ਚ ਇਤਫਾਕ ਹੈਗਾ ਅਤੇ ਨਾਲ ਮਿਹਨਤ ਕਰਦੇ ਹੋ ਤਾਂ ਫਿਰ ਕਿਤੇ ਨਾ ਕਿਤੇ ਗੱਲ ਬਣ ਸਕਦੀ ਹੈ। ਜੇ ਘਰ ਦੇ ਵਿੱਚ ਹੀ ਲੜਾਈ ਝਗੜਾ ਰਹਿੰਦਾ, ਇੱਕ ਨੇ ਕਹੀ ਦੂਜੇ ਨੇ ਸੁਣੀ ਨਹੀਂ ਹੈਗੀ, ਉਹਨੇ ਕਹਿਣਾ ਮੈਂ ਤਾਂ ਆਹ ਕਰਨਾ ਮੈਂ ਤਾਂ ਉਹ ਕਰਨਾ, ਸਭ ਤੋਂ ਵੱਡਾ ਪੁਆਇੰਟ ਮੇਰੇ ਖਿਆਲ ਇਹ ਹੈਗਾ, ਅਤੇ ਬਾਕੀ ਮਿਹਨਤ ਕਾਊਂਟ ਕਰਦੀ ਕਰ। ਬਿਲਕੁਲ ਜੀ, ਹਾਂਜੀ, ਮਿਹਨਤ ਕਰਦੇ ਹੋ ਕੋਈ ਕੰਪਲੇਨ ਨਹੀਂ। ਬਿਲਕੁਲ, ਅਤੇ ਤੁਹਾਨੂੰ ਕੀ ਸ਼ੌਂਕ ਹੈ ਜੀ ਹੋਰ, ਜਿਵੇਂ ਉਹ ਸ਼ੋਅ ਕਰਾਉਂਦੇ ਨੇ? ਨਹੀਂ, ਤੁਸੀਂ ਵੀ ਮਾੜੇ ਝੜੇ ਨੀ ਹੈਗੇ, ਤੁਸੀਂ ਵੀ ਤਕੜੇ ਹੋ, ਸਾਰਾ ਕੁਛ ਵਧੀਆ, ਬਹੁਤ ਵਧੀਆ। ਅੱਛਾ, ਜਿੰਨੀ ਦੇਰ ਹੋ ਗਈ ਹੁਣ ਤੁਹਾਨੂੰ ਸ਼ੋਅ ਕਰਾਉਂਦੇ ਨੂੰ, ਹੋ ਗਈ ਇੰਨੀ ਦੇਰ? ਅਤੇ ਉਹ ਸਿਆਣੇ ਕਹਿੰਦੇ ਨਾ ਵੀ ਬੰਦਾ ਕੋਈ ਬਾਹਲੀ ਦੇਰ ਹੋਸਪਿਟਲ ਰਹਿ ਜਾਵੇ ਜਾਂ ਡਾਕਟਰ ਦੇ ਰਹਿ ਜਾਵੇ ਅਤੇ ਅੱਧਾ ਮਰੀਜ਼ ਬਣ ਜਾਂਦਾ। ਹੁਣ ਤੁਸੀਂ ਬਹੁਤ ਦੇਰ ਹੋਈ ਕਲਾਕਾਰ ਰਹਿੰਦੇ ਹੋ, ਫਿਰ ਮੇਰੇ ਖਿਆਲ ਗਾਉਣ ਗੂਣ ਦਾ ਤੁਹਾਨੂੰ ਸ਼ੌਕ ਹੈਗਾ ਹੀ, 2 ਲਾਈਨਾਂ ਕੋਈ ਜ਼ਰੂਰ ਸੁਣਾਓ ਜੋ ਵੀ ਤੁਹਾਡੇ ਮਨ ਪਸੰਦ ਕਿਸੇ ਵੀ ਕਲਾਕਾਰ ਨੂੰ। ਨਹੀਂ ਨਹੀਂ, ਪਲੀਜ਼ ਦੇਖੋ, ਸੁਣਾਉਣੀਆਂ ਬਣੀਆਂ ਤਾੜੀਆਂ ਮਾਰ ਦੇ। ਕੋਈ 2 ਲਾਈਨ ਸਾਤੀ ਤਖਤ ਲਾਹੌਰ ਦਾ ਨੀ ਤੇਰੀ ਸ਼ੇਦ ਨਰਨ ਨੇ, ਨਾ ਮੈਂ ਲੂਲਾ ਤੋੜੀਆਂ ਨੀ ਨਾ ਮੋਤੀ ਪਨੇ, ਨੰਗੇ ਪਿੰਡੇ ਮਾਰਨਾ ਤੂੰ ਸ਼ਮਕਾ ਮੇਰੇ ਸ਼ਮਕਾ ਮੇਰੇ, ਕਹਿੰਦਾ ਮਾਣ ਕਰੀ ਨਾ ਜੱਟੀਏ ਸਾਨੂੰ ਬਾਗ ਤੇਰੇ ਟੌਂ ਟੌਂ ਟੌਂ। ਇਹ ਮਾਣਕ ਸਾਹਿਬ ਦੀ ਐਡ ਤੇ ਟੌਂ ਵੀ ਫਿਰ ਕਰਦੀ ਹੁੰਦੀ ਸੀ ਟੌਂ। ਦੇਖੋ ਜੀ, ਬਹੁਤ ਵਧੀਆ, ਤੁਹਾਨੂੰ ਸ਼ੌਕ ਹੈ, ਪਰਮਾਤਮਾ ਨੇ ਵੀ ਬੜੀ ਬਖਸ਼ਿਸ਼ ਕੀਤੀ ਹੈ, ਤੁਹਾਡੀ ਮਿਹਨਤ ਨੂੰ ਫਲ ਲਾਏ ਨੇ, ਬੂਰ ਨਹੀਂ ਪਾਏ। ਸੋ ਜਦੋਂ ਇੱਥੇ ਸ਼ੋਅ ਹੋਵੇ ਕੋਈ, ਸਾਨੂੰ ਦੱਸੋ, ਸਾਡੀ ਜਸ ਪੰਜਾਬੀ ਦੀ ਟੀਮ ਕੋਈ ਵੀ ਹੁੰਦਾ ਪ੍ਰੋਗਰਾਮ, ਪਹਿਲਾਂ ਆਪਾਂ ਇੰਟੱਚ ਨਹੀਂ ਸੀਗੇ, ਹੁਣ ਅਸੀਂ ਤੁਹਾਡੇ ਨਾਲ ਬਕਾਇਦਾ ਇੰਟੱਚ ਰਵਾਂਗੇ ਜੀ। ਕੋਈ ਈਵੈਂਟ, ਇੱਕ ਹੋਰ ਜਿਹੜੀ ਵੱਡੀ ਗੱਲ ਹੈ, ਆਮ ਤੌਰ 'ਤੇ ਇਹ ਹੁੰਦਾ ਕਿ ਚਲੋ ਜੀ ਕੋਈ ਐਡ ਦੇਣੀ ਹੈ, ਕੋਈ ਪ੍ਰੋਗਰਾਮ ਦੇਣਾ ਅਤੇ ਪੈਸੇ ਲੈ ਕੇ ਹੁੰਦੀ ਹੈ, ਪਰ ਜੇ ਕੋਈ ਕਮਿਊਨਿਟੀ ਦੀ ਕੋਈ ਖਬਰ ਹੁੰਦੀ ਹੈ, ਕੋਈ ਧਾਰਮਿਕ ਗੁਰੂ ਘਰ ਦਾ ਕੋਈ ਫੰਕਸ਼ਨ ਹੁੰਦਾ, ਕੋਈ ਵੀ ਸੋਸ਼ਲ ਕੰਮ ਹੁੰਦਾ, ਉਹ ਤੁਸੀਂ ਸਾਨੂੰ ਦੱਸੋ, ਅਸੀਂ ਉਸ 'ਚ ਬਿਨਾਂ ਉੱਤੋਂ ਕੋਈ ਇਹ ਨਹੀਂ ਕਿ ਅਸੀਂ ਉਹਦੇ ਪੈਸੇ ਲਵਾਂਗੇ, ਅਸੀਂ ਬਿਨਾਂ ਉੱਤੋਂ ਕਮਿਊਨਿਟੀ ਵਾਸਤੇ ਅਸੀਂ ਉਹ ਕਵਰ ਕਰਾਂਗੇ ਜ਼ਰੂਰ। ਠੀਕ ਹੈ ਜੀ, ਅਖੀਰ ਦੇ ਵਿੱਚ 2 ਸ਼ਬਦ ਕੀ ਕਹਿਣਾ ਚਾਹੁੰਦੇ ਸਾਡੇ ਦਰਸ਼ਕਾਂ ਨੂੰ, ਘਰਾਂ ਵਿੱਚ ਬੈਠਿਆਂ ਨੂੰ? ਅਸੀਂ ਇਹ ਕਹਿਣਾ ਚਾਹੁੰਦੇ ਵੀ ਤੁਸੀਂ ਜਸ ਪੰਜਾਬੀ ਵਾਲੇ ਭੰਡਾਰ ਸਾਹਿਬ ਇੱਥੇ ਖੜੇ ਨੇ ਜੀ, ਅਤੇ ਦੀਪਕ ਤੁਹਾਨੂੰ ਜਾਣਦੇ ਆ ਤੁਸੀਂ, ਬਹੁਤ ਜਾਣਦੇ ਜਾਣਦੇ ਹੋ, ਅਤੇ ਤੁਸੀਂ ਟਾਈਮ ਕੱਢ ਕੇ ਐਡੀ ਦੂਰ ਚੱਲ ਕੇ ਇੱਥੇ ਆਏ ਅਤੇ ਸਾਡੇ ਸ਼ਹਿਰ ਨੂੰ 4 ਚੰਦ ਲਾ ਤੇ ਜੀ,
ਤੇ ਦੇਖੋ ਤੁਸੀਂ ਬਾਕੀ ਰੌਣਕ ਹੈ ਕਿੰਨਾ ਸੋਹਣਾ ਸੋਹਣਾ ਪਰੀਆਂ ਦਾ ਸ਼ਹਿਰ, ਤੁਹਾਨੂੰ ਦੱਸਿਆ ਤੁਸੀਂ ਕਿਹਾ ਪਰੀਆਂ ਦਾ ਸ਼ਹਿਰ ਹੈ ਤੇ ਸਾਰੇ ਇੱਥੇ ਵੈਲ ਸੈਟਲਡ ਨੇ, ਸਾਰੇ ਬੰਦੇ ਬਿਜ਼ਨਸਮੈਨ ਨੇ, ਕੋਈ ਜੋਬ ਵਾਲਾ ਬੰਦਾ ਨਹੀਂ ਹੈਗਾ ਇੱਥੇ, ਹਰੇਕ ਕੋਲ ਚਾਰ ਚਾਰ ਬਿਜ਼ਨਸ ਨੇ ਜੀ, ਸਾਰੇ ਰੁਝੀ ਹੈ। ਬਿਲਕੁਲ ਜੀ, ਬਿਲਕੁਲ ਜੀ, ਆਪਣਾ ਬਲਜੀਤ ਭਾਅ ਜੀ ਅਤੇ ਦਲਜੀਤ ਭਾਅ ਜੀ ਬਸੰਤੀ ਬ੍ਰਦਰ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਗੱਲਬਾਤ ਕੀਤੀ। ਬ੍ਰੇਕ ਤੋਂ ਬਾਅਦ ਦੇਖਦੇ ਹਾਂ ਇਹਨਾਂ ਵਿੱਚੋਂ ਵੀ ਸ਼ਾਇਦ ਮਹਿਮਾਨ ਸਾਡੇ ਨਾਲ ਇੱਕ ਅੱਧੇ ਜੁੜਨ ਜਾਂ ਨਵੇਂ ਮਹਿਮਾਨ ਜੁੜਦੇ ਨੇ, ਕੌਣ ਜੁੜਦੇ ਨੇ, ਅਤੇ ਫਿਲਹਾਲ ਬ੍ਰੇਕ ਲੈਂਦੇ ਹਾਂ, ਤੁਸੀਂ ਦੇਖਦੇ ਰਹੋ ਜਸ ਪੰਜਾਬੀ। ਬਹੁਤ ਬਹੁਤ ਸਵਾਗਤ ਹੈ ਜੀ ਘਰਾਂ ਵਿੱਚ ਬੈਠੇ ਦਰਸ਼ਕਾਂ ਦਾ, ਅੱਜ ਦਾ ਲਾਈਵ ਪ੍ਰੋਗਰਾਮ ਤੁਹਾਡੇ ਰੂਬਰੂ ਰੀਨੋ ਤੋਂ ਸ਼ਿਕਾਗੋਜ ਪੀਜ਼ਾ ਵਿਦ ਦੇ ਟਵਿਸਟ ਦੀ ਗ੍ਰੈਂਡ ਓਪਨਿੰਗ ਦੇ ਮੌਕੇ 'ਤੇ ਅਸੀਂ ਇੱਥੇ ਪਹੁੰਚੇ ਸੀ। ਸੋ ਅੱਜ ਦਾ ਜਲਵੇ ਜੱਗੀ ਦੇ ਪ੍ਰੋਗਰਾਮ ਤੁਸੀਂ ਲਾਈਵ, ਜਿਹੜਾ ਜ਼ਾਈਨੂ ਜਲਵੇ ਜੱਗੀ ਦੇ ਅਸੀਂ ਕਹੀਦਾ, ਉਹ ਤੁਸੀਂ ਲਾਈਵ ਰੀਨੋ ਤੋਂ ਦੇਖ ਰਹੇ ਹੋ। ਮੇਰੇ ਨਾਲ ਮਹਿਮਾਨ ਜਿਹੜੇ ਨੇ ਹੁਣ ਜੁੜੇ ਨੇ, ਮੈਂ ਉਹਨਾਂ ਦਾ ਤਾਰਫ ਤੁਹਾਡੇ ਨਾਲ ਕਰਾਉਣਾ ਚਾਹਾਂਗਾ। ਦਲੀਪ ਸਿੰਘ ਭਾਟੀਆ ਸਾਹਿਬ ਅਤੇ ਜਸਵਿੰਦਰ ਸਿੰਘ ਭਾਟੀਆ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ। ਮਿਹਰਬਾਨੀ ਜੀ, ਅਤੇ ਅੱਜ ਇੱਥੇ ਪਹੁੰਚੇ ਜੀ ਤੁਸੀਂ ਵੀ ਸ਼ਿਕਾਗੋ 'ਚ ਪੀਜ਼ਾ ਦੀ ਇਹਦੀ ਓਪਨਿੰਗ, ਗ੍ਰੈਂਡ ਓਪਨਿੰਗ ਜਿਹੜੀ ਹੋਈ ਹੈ। ਬਿਸ਼ਨਾ ਸਿੰਘ, ਬਿਸ਼ਨਾ ਨਾਮ ਬੜਾ ਵਧੀਆ ਪੰਜਾਬੀਆਂ ਦਾ, ਠੇਠ ਨਾਮ ਬਿਸ਼ਨ ਸਿੰਘ ਪਰਮਾਰ ਸਾਹਿਬ ਅਤੇ ਉਹਨਾਂ ਦੇ ਪਰਿਵਾਰ ਨੇ ਇੱਥੇ ਕੀਤੀ ਹੈ। ਅਤੇ ਪਹਿਲਾਂ ਤਾਂ ਇਹਨਾਂ ਦੇ ਇਸ ਬਿਜ਼ਨਸ ਬਾਰੇ ਜ਼ਰੂਰ ਸਾਡੇ ਘਰਾਂ ਵਿੱਚ ਬੈਠੇ ਦਰਸ਼ਕਾਂ ਵਾਸਤੇ ਦੱਸੋ ਵੀ ਕਿਵੇਂ ਲੱਗਦਾ ਇਹ, ਜਿਹੜੀ ਕਿ ਸਪੈਸ਼ਲਿਸਟ ਇਹਦੀ ਖਾਸੀਅਤ ਜਿਹੜੀ ਹੈਗੀ ਸ਼ਿਕਾਗੋ ਪੀਜ਼ਾ ਦੀ, ਉਹ ਤੁਸੀਂ ਦੱਸੋ ਪਹਿਲਾਂ, ਫਿਰ ਉਹਨਾਂ ਨਾਲ ਗੱਲ ਕਰਦੇ ਜੀ। ਇਹ ਬੜਾ ਅੱਛਾ ਉਪਰਾਲਾ ਜੀ, ਸਾਡੇ ਕੋਲ ਪਹਿਲੇ ਬ੍ਰਾਂਚ ਖੋਲ੍ਹ ਚੁੱਕੀ ਹੈ ਇੱਥੇ। ਹਾਂਜੀ, ਅਸੀਂ ਖਾਧਾ, ਟੈਸਟ ਕੀਤਾ, ਪਰ ਬਹੁਤ ਹੀ ਅੱਛਾ ਪੀਜ਼ਾ, ਬੜਾ ਅੱਛਾ ਜਿਹਾ ਟੇਸਟੀ ਹੈ ਜੀ। ਹੁਣ ਇਹ ਜਿਹੜੇ ਇਹ ਹੋ ਰਹੇ ਨੇ, ਇਹ ਤਜਰਬੇਕਾਰ ਬੰਦੇ ਨੇ ਹੋਰ ਵੀ ਜ਼ਿਆਦਾ, ਅਤੇ ਇਹਨਾਂ ਦੇ ਪੁੱਟੇ ਚੱਕਦੇ ਨੇ, ਬੜਾ ਅੱਛਾ। ਔਰ ਇਹ ਸਾਰੇ ਅਮਰੀਕਾ ਦੇ ਵਿੱਚ ਇਹ ਮਸ਼ਹੂਰ ਹੈ। ਅਸੀਂ ਤੁਹਾਡੇ ਜਸ ਪੰਜਾਬੀ ਦੇ ਦਿਲੀ ਦੇਖਦੇ ਅੱਡਾ ਆ ਰਹੀ ਹੈ ਜੀ, ਹੈ ਜੀ, ਔਰ ਪੂਰੇ ਅਮਰੀਕਾ ਦੇ ਵਿੱਚ ਕਾਫੀ ਬ੍ਰਾਂਚਾਂ ਖੁੱਲ੍ਹ ਚੁੱਕੀਆਂ ਨੇ ਜੀ, ਔਰ ਹੋਰ ਖੁੱਲ੍ਹ ਰਹੀਆਂ। ਬਿਲਕੁਲ, 44 ਬ੍ਰਾਂਚਾਂ ਹੋ ਗਈਆਂ, ਔਰ ਇਹਨਾਂ ਦੇ ਉੱਧਰਲੇ ਜਿਹੜਾ ਏਰੀਆ ਹੈਗਾ ਮਿਡਲੈਂਡ ਦੇ ਵਿੱਚ, ਮੇਰੇ ਖਿਆਲ 75 ਲੋਕੇਸ਼ਨਾਂ ਬੁੱਕ ਕਰੀਆਂ ਹੋਈਆਂ ਨੇ, ਸੈਂਚਰੀ ਛੇਤੀ ਮਾਰ ਦੇਣਗੇ। ਜਸਵਿੰਦਰ ਜੀ, ਤੁਹਾਨੂੰ ਕਿਵੇਂ ਲੱਗਦਾ ਜੀ ਅੱਜ ਸ਼ਿਕਾਗੋ ਪੀਜ਼ਾ ਦੀ ਓਪਨਿੰਗ ਹੋਈ ਇੱਥੇ ਆਪਾਂ ਇਕੱਠੇ ਹੋਏ ਸਾਰੀਆਂ ਨੇ? ਹਾਂਜੀ ਭਾਅ ਜੀ, ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਣਾ ਚਾਹੁੰਦਾ ਹਰਪ੍ਰੀਤ ਭਾਅ ਜੀ ਨੂੰ ਅਤੇ ਆਪਣੇ ਪੰਜਾਬੀਆਂ ਦੇ, ਸਾਨੂੰ ਮਾਣ ਆ ਕਿ ਇੱਕ ਗੋਰਿਆਂ ਦੇ ਸਟਾਈਲ 'ਤੇ ਫਰੈਂਚਾਈਜ਼ ਸ਼ੁਰੂ ਕੀਤੀ, ਔਰ ਬੜੀ ਕਾਮਯਾਬ ਫਰੈਂਚਾਈਜ਼ ਹੈ ਜੀ। ਸਾਡੇ ਇੱਥੇ ਰੀਨੋ ਤੋਂ ਪਹਿਲਾਂ ਲੋਕ ਜਾਂਦੇ, ਅਸੀਂ ਜੀ ਜਾਂਦੇ, ਕਿਉਂਕਿ ਕਈ ਵਾਰੀ ਜਾਂਦੇ ਨੇ, ਅਸੀਂ ਕੈਲੀਫੋਰਨੀਆ ਸੈਕਰਾਮੈਂਟੋ ਸਾਡੇ ਨੇੜੇ ਆ ਜੀ, ਉੱਥੋਂ ਅਸੀਂ ਸਪੈਸ਼ਲ ਇੱਥੋਂ ਜਾਣਾ ਜੀ ਕੈਲੀਫੋਰਨੀਆ ਪੀਜ਼ਾ। ਸਾਡੇ ਬੱਚਿਆਂ ਨੇ, ਸਾਡੇ ਬਜ਼ੁਰਗਾਂ ਨੇ ਕਹਿਣਾ ਜੀ ਉਹ ਗਏ ਗਏ ਤਾਂ ਕੈਲੀਫੋਰਨੀਆ ਪੀਜ਼ਾ ਲੈ ਕੇ ਆਏ ਜੀ। ਤੋਂ ਉਦੋਂ ਬਾਅਦ ਫਿਰ ਹੋਇਆ, ਇਹ ਸਭ ਤੋਂ ਪਹਿਲਾਂ ਮੇਰੇ ਕੋਲ ਇੱਥੇ ਬਿਲਡਿੰਗ ਹੈ ਜੀ ਸਪਾਰਕ ਵਿੱਚ ਜੀ, ਸਭ ਤੋਂ ਪਹਿਲਾਂ ਇੱਥੋਂ ਇਹਨਾਂ ਨੂੰ ਮੈਂ ਇਨਵਾਈਟ ਕੀਤਾ ਸੀ ਇੱਥੇ, ਮੈਂ ਕਿਹਾ ਜੀ ਤੁਸੀਂ ਮੇਰੀ ਬਿਲਡਿੰਗ ਆਓ ਦੇਖੋ। ਅੱਛਾ, ਅਤੇ ਮੇਰੇ ਕੋਲ ਡਰਾਈਵ ਥਰੂ ਫੈਸਿਲਿਟੀ ਹੈ ਉੱਥੇ, ਅਤੇ ਇਹ ਆਏ, ਇਹ ਕਹਿੰਦੇ ਜੀ ਯਾਰ ਥੋੜ੍ਹੀ ਛੋਟੀ ਹੈ ਇਹ, ਵੀ ਸਾਨੂੰ ਥੋੜ੍ਹੀ ਜ਼ਿਆਦਾ ਵੱਡੀ ਬਿਲਡਿੰਗ ਚਾਹੀਦੀ ਆ ਜੀ। ਉਦੋਂ ਬਾਅਦ ਫਿਰ ਬਿਸ਼ਨ ਭਾਅ ਜੀ ਕੋਲ ਆਏ, ਉਸ ਤੋਂ ਬਾਅਦ ਸਾਡਾ ਇੱਕ ਦੋਸਤ ਹੈ ਜੀ ਨਛੱਤਰ ਸਿੰਘ ਗੋਸਲ ਨੇ, ਪਰਿਵਾਰ, ਚੰਗਾ ਪਰਿਵਾਰ ਹੈ, ਉਹਨਾਂ ਨੇ ਪਹਿਲਾਂ ਖੋਲ੍ਹੀ ਹੈ ਉੱਥੇ ਨੇੜੇ, ਹੁਣ ਆ ਦੂਜੀ ਆ, ਇਹ ਚੱਲਦਾ ਰਹਿਣਾ ਜੀ, ਇਹ ਬਹੁਤ ਵਧੀਆ। ਔਰ ਅਸੀਂ ਦੇਖਦੇ ਹਾਂ ਕਿ ਸਾਡੇ ਨਾਲੋਂ ਜ਼ਿਆਦਾ ਅਮੈਰੀਕਨ ਗੋਰੇ ਕਸਟਮਰ ਨੂੰ ਲਾਈਕ ਕਰਦੇ ਆ, ਕਿਉਂਕਿ ਟਵਿਸਟ ਜਿਹੜਾ ਨਾ ਉਹ ਬਹੁਤ ਸਾਰਿਆਂ ਨੂੰ ਚੰਗਾ ਲੱਗ ਰਿਹਾ ਜੀ। ਇਹ ਤਾਂ ਹੋ ਗਈ ਜੀ ਖਾਣ ਪੀਣ ਦੀ ਗੱਲ ਭਾਟੀਆ ਸਾਹਿਬ। ਹਾਂਜੀ, ਵੈਸੇ ਰੀਨੋ ਦੇ ਵਿੱਚ ਕੀ ਮਾਹੌਲ ਆ ਪੰਜਾਬੀਆਂ ਦਾ, ਜਿਵੇਂ ਅਸੀਂ ਕੈਲੀਫੋਰਨੀਆ ਨਾਲ ਕੰਪੇਅਰ ਕਰੀਏ ਜਾਂ ਨਿਊਯਾਰਕ ਦੀ ਗੱਲ ਕਰੀਏ, ਤਾਂ ਇੱਥੇ ਕੀ ਮਾਹੌਲ ਆ ਪੰਜਾਬੀਆਂ ਦਾ, ਕਿੰਨੀ ਕੁ ਫੈਮਿਲੀਜ਼ ਟੋਟਲ ਹੈਗੀਆਂ ਨੇ ਅਤੇ ਕਿਸ ਤਰ੍ਹਾਂ ਦੇ ਕੰਮਕਾਰ ਹੈਗੇ ਇੱਥੇ? ਇੱਥੇ ਟੋਟਲ ਫੈਮਿਲੀ ਤਕਰੀਬਨ 200 ਦੇ ਨੇੜੇ ਹੈਗੀਆਂ ਨੇ, 200 ਦੇ, ਔਰ ਸਾਰਿਆਂ ਦਾ ਬੜਾ ਆਪਸ ਵਿੱਚ ਪੇਅਰ, ਮਿਲਾਪ ਔਰ ਪਿਆਰ ਹੈ ਜੀ, ਬਹੁਤ ਅੱਛਾ। ਜਿੱਥੇ ਵੀ ਕੋਈ ਪਾਰਟੀ ਸ਼ਾਰਟੀ ਵਿਆਹ ਟੰਗ, ਸਾਰੇ ਬੱਚੇ ਜਾਣਾ ਉੱਥੇ, ਇਹ ਸਾਡਾ ਬੱਚਾ ਜੈਸੇ ਆਇਆ ਜੀ। ਅੱਛਾ, ਦੂਜੀ ਗੱਲ, ਗੁਰਦੁਆਰਾ ਸਾਹਿਬ ਸਾਡੇ ਕੋਲ ਹੈਗਾ, ਗੁਰਦੁਆਰਾ ਸਾਹਿਬ ਇੱਕ ਵੱਡੀ ਤੁਹਾਨੂੰ ਦੱਸਾਂ ਗੱਲ, ਸਾਡਾ ਕਦੀ ਇਲੈਕਸ਼ਨ ਨਹੀਂ ਹੋਇਆ। ਵਾਹ ਜੀ, ਸਭ ਤੋਂ ਵੱਡੀ ਗੱਲ, ਪ੍ਰਧਾਨ ਮੈਂਬਰ ਸ਼ੈਂਬਰ ਕੋਈ ਇਲੈਕਸ਼ਨ ਨਹੀਂ ਜੀ, ਸਿਰਫ ਅਸੀਂ ਆਪ ਇੱਦਾਂ ਕਹਿੰਦੇ ਹਾਂ ਵੀ ਆਪ ਸੇਵਾ ਪ੍ਰਧਾਨ। ਕਿੰਨੀ ਦੇਰ ਹੋ ਗਈ ਗੁਰੂ ਘਰ ਬਣੇ ਨੂੰ? ਗੁਰੂ ਘਰ ਬਣੇ ਹੋ ਗਏ ਜੀ ਤਕਰੀਬਨ, ਇੱਕ ਤਾਂ ਪੁਰਾਣਾ ਨਾ 2007 ਤੋਂ 2007। ਦੇਖੋ ਜੀ, ਸਭ ਤੋਂ ਵੱਡੀ ਵੱਡਾ ਸੁਨੇਹਾ ਜਿਹੜਾ ਮੈਂ ਕਹਿੰਦਾ ਪੂਰੀ ਦੁਨੀਆ ਦੇ ਵਿੱਚ, ਅਗਰ ਅਸੀਂ ਗੱਲ ਕਰੀਏ ਅਮਰੀਕਾ ਕਨੇਡਾ ਦੀ, ਹਾਂਜੀ, ਅਗਰ ਲੜਾਈਆਂ ਦੀ ਗੱਲ ਕਰੀਏ ਤਾਂ ਤਕਰੀਬਨ ਮੇਰਾ ਖਿਆਲ ਹੈ ਵੀ 70% ਗੁਰੂ ਘਰਾਂ ਦੇ ਅਮਰੀਕਾ ਦੇ ਵਿੱਚ ਜਿਹੜਾ ਸੰਗਤ ਦਾ ਪੈਸਾ ਆਉਂਦਾ ਤਾਂ ਕੋਰਟਾਂ ਜਾਂਦਾ ਨੇ, ਕੇਸ ਚੱਲਦੇ ਨੇ, ਕੇਸ ਕਾਹਦੇ ਵਾਸਤੇ ਚੱਲਦੇ ਨੇ? ਪ੍ਰਧਾਨਗੀ ਵਾਸਤੇ। ਸੋ ਸਭ ਤੋਂ ਵੱਡਾ ਸੁਨੇਹਾ ਪੂਰੀ ਦੁਨੀਆ ਵਿੱਚ ਇਹ ਜਾਂਦਾ ਰੀਨੋ ਤੋਂ ਤੁਹਾਡੇ ਇਸ ਗੁਰੂ ਘਰ ਦਾ, ਕਿ ਜੇ ਅਗਰ ਇਸੇ ਤਰ੍ਹਾਂ ਇਹੋ ਜਿਹਾ, ਇੱਕ ਤਾਂ ਖਰਚਾ ਬਹੁਤ ਵੱਜਦਾ, ਜਿਹੜੇ ਫਾਲਤੂ ਖਰਚੇ ਕਰਦੇ ਆ, ਇਲੈਕਸ਼ਨਾਂ ਦੇ ਖਰਚੇ ਹੁੰਦੇ ਆ, ਫਿਰ ਉਹ ਐਡਾ ਦਿੰਦੇ, ਫਿਰ ਉਹ ਐਡਾ ਦਿੰਦੇ ਆ, ਇੱਕ ਤਾਂ ਉਹ ਵੱਜਦੇ ਨੇ। ਸੋ ਇਹ ਪਰਮਾਤਮਾ ਇਸੇ ਤਰ੍ਹਾਂ ਦਾ ਜੀ ਤੁਹਾਡੇ ਬਣਾਈ ਰੱਖੇ ਜੀ, ਇਤਫਾਕ ਜਿਹੜਾ ਬਣਿਆ ਹੋਇਆ। ਮੈਂ ਇਹ ਕਹਿੰਦਾ ਪੂਰੀ ਦੁਨੀਆ ਦੇ ਵਿੱਚ ਜਿਹੜੇ ਪੰਜਾਬੀ ਬੈਠੇ ਨੇ, ਜਿਹੜੇ ਵੀ ਇਸ ਤਰ੍ਹਾਂ ਸੁਣਦੇ ਨੇ, ਦੇਖਦੇ ਨੇ, ਸੋ ਇਸ ਚੀਜ਼ ਨੂੰ ਇਹ ਸਮਝਣ ਦੀ ਲੋੜ ਹੈ, ਇਸ ਚੀਜ਼ ਨੂੰ ਫੋਲੋ ਕਰਨ ਦੀ ਲੋੜ ਹੈ। ਅਗਰ ਇਹ ਚੀਜ਼ਾਂ ਹੋ ਜਾਣ ਤਾਂ ਜਿਹੜੇ ਪ੍ਰਧਾਨਗੀ ਦਾ ਰੌਲਾ ਹੈਗਾ,
ਫਿਰ ਇੱਕ ਪੁੱਛੋ ਜੀ ਆ ਪੰਜਵਾਂ, ਇਹ ਕਹਿੰਦੇ ਜੀ ਨਵਾਂ ਹੀ ਬਣਿਆ, ਹਜੇ ਦੋ ਪ੍ਰਧਾਨ ਲੜ ਪਏ ਸੀ ਆਪਸ ਵਿੱਚ, ਫਿਰ ਇੱਕ ਨੇ ਆਪਣਾ ਨਵਾਂ ਖੋਲ੍ਹ ਲਿਆ। ਆਮ ਤੌਰ 'ਤੇ ਇਹ ਹਾਲ ਹੁੰਦਾ। ਚਲੋ ਆਹ ਬੜਾ ਵੱਡਾ ਸੁਨੇਹਾ ਤੁਸੀਂ ਦਿੱਤਾ। ਸਾਡੇ ਕੋਲ ਦੋ ਗੁਰੂ ਗੁਰੂ ਘਰ ਦੋਨੋਂ ਸੰਗਤ ਬਣ ਕੇ ਜਾਂਦੀ ਹੈ ਜੀ, ਤਾਂ ਜਿੱਥੇ ਮਰਜ਼ੀ ਕੋਈ ਜਾਏ ਜੀ, ਕੋਈ ਐਸੀ ਗੱਲ ਨਹੀਂ ਜੀ। ਤੁਹਾਡਾ ਕੀ ਕੰਮ ਕਰ ਇੱਥੇ ਫਿਰ ਜਸਵਿੰਦਰ ਜੀ? ਸਾਡੇ ਇੱਥੇ ਜੀ ਸਟੋਰ ਹੈ ਇੱਕ, ਮੇਰੇ ਕੋਲ ਹੋਲਸੇਲ ਮਰਚੈਂਡਾਈਜ਼ ਦਾ ਬਿਜ਼ਨਸ ਹੈ ਨਾਲ, ਅਤੇ ਨਾਲ ਜੀ ਆਪਣੇ ਕੋਲ ਕਨਵੀਨੀਅੰਸ ਸਟੋਰ ਨੇ ਜੀ। ਹਾਂਜੀ, ਅਤੇ ਉਹ ਠੀਕ ਹੈ, ਗੁਰੂ ਮਹਾਰਾਜ ਦੀ ਬੜੀ ਕਿਰਪਾ ਜੀ ਜੀ। ਚਲੋ ਬੜੀ ਵਧੀਆ ਗੱਲ ਹੈ। ਅਤੇ ਇੰਡੀਆ ਲੱਗਦਾ ਜੀ ਚੱਕਰ ਹੁਣ ਅੱਜ ਕੱਲ੍ਹ ਤੁਹਾਡਾ? ਮੈਂ ਤਾਂ ਹਰ ਸਾਲ ਜੀ। ਅਤੇ ਕੀ ਮਾਹੌਲ ਤੁਸੀਂ ਆਏ ਇੰਡੀਆ ਨੂੰ, ਕਿੰਨੀ ਦੇਰ ਹੋ ਗਈ? ਇੰਡੀਆ ਮੈਂ ਤਾਂ 2 ਸਾਲ ਹੋ ਗਏ ਜੀ ਆਏ ਨੂੰ, ਪਰ ਹੁਣ ਮਾਹੌਲ ਹੋਰ ਖਰਾਬ ਹੋ। ਅੱਛਾ, ਤੁਸੀਂ ਹਜੇ 2 ਸਾਲ ਹੀ ਹੋਏ ਇੰਡੀਆ ਤੋਂ ਆਏ ਨੂੰ? ਹਾਂਜੀ 2 ਸਾਲ। ਨਹੀਂ ਨਹੀਂ 2 ਸਾਲ ਮਤਲਬ ਉੱਦਾਂ ਤਾਂ ਹੋ ਗਏ ਜ਼ਿਆਦਾ। ਨਹੀਂ ਮੈਂ ਹੋ ਗਏ ਜ਼ਿਆਦਾ। ਅੱਛਾ, ਮੈਂ 2 ਸਾਲ ਹੋ ਗਏ ਇੰਡੀਆ ਹੁਣ ਆਏ ਨੂੰ। ਓਕੇ, ਅਤੇ ਉਦੋਂ ਜਦੋਂ ਤੁਸੀਂ ਪਹਿਲਾਂ ਇੰਡੀਆ ਤੋਂ ਆਏ ਹੋ, ਅਮੈਰੀਕਾ ਵਾਸਤੇ ਪਹਿਲਾਂ ਆਏ ਹੋ, ਉਦੋਂ ਕਿਹੋ ਜਿਹਾ ਸੀਗਾ ਸਾਡਾ ਇੰਡੀਆ ਜਾਂ ਪੰਜਾਬ ਦੀ ਗੱਲ ਕਰੀਏ, ਅਤੇ ਅੱਜ ਸਾਡਾ ਇੰਡੀਆ ਜਾਂ ਪੰਜਾਬ ਕਿੱਥੇ ਖੜਾ ਲੱਗਾ? ਉਦੋਂ ਭਾਈਚਾਰਾ ਬੜਾ ਅੱਛਾ ਸੀ, ਔਰ ਹਰ ਚੀਜ਼ ਜਿਹੜੀ ਸੀ ਅਵੇਲੇਬਲ ਸੀ ਬੜਾ ਹਰ ਆਪਸ ਵਿੱਚ। ਹੁਣ ਜਿਹੜਾ ਹੁਣ ਤਾਂ ਅਸੀਂ ਸੁਣਦੇ ਰਹਿੰਦੇ ਹਾਂ ਜੀ ਜੀ, ਜਾਂ ਪੰਜਾਬੀ ਤੁਸੀਂ ਸੁਣਾ ਰਹੇ ਹੋ ਸਾਨੂੰ, ਖ਼ਬਰਾਂ ਸਾਰੀਆਂ ਹੀ ਉਹ ਹੁੰਦੀਆਂ, ਖ਼ਬਰਾਂ ਕੋਈ ਬਸ। ਹਾਂਜੀ ਬਿਲਕੁਲ ਬਿਲਕੁਲ, ਕੋਈ ਸਿਸਟਮ ਨਹੀਂ ਤੁਹਾਨੂੰ ਪਤਾ, ਫਿਰ ਰੱਬ ਹੀ ਰੱਖਾ, ਪਰਮਾਤਮਾ ਨੇ ਅਰਦਾਸ ਕਰਦੇ ਹਾਂ ਕਿ ਸਾਡਾ ਪੰਜਾਬ ਬਚਾ ਜਾਏ ਜੀ। ਬਿਲਕੁਲ, ਵੈਸੇ ਅਦਰਵਾਈਜ਼ ਇਹੋ ਜਿਹਾ ਮਾਹੌਲ ਹੈਗਾ, ਬਹੁਤ ਸਾਰੇ ਪੇਰੈਂਟਸ ਜਿਹੜੇ ਆਪਣੇ ਬੱਚਿਆਂ ਨੂੰ ਪੰਜਾਬ ਲਿਆਉਣੋਂ ਹਟ ਗਏ ਹਟ ਗਏ ਜੀ। ਔਰ ਪੰਜਾਬ ਦੇ ਵਿੱਚ ਮਾਹੌਲ ਅਗਰ ਗੱਲ ਕਰੀਏ ਤਾਂ ਰਾਜਨੀਤੀ ਨੇ ਸਭ ਤੋਂ ਮਾਹੌਲ ਖਰਾਬ ਕੀਤਾ ਹੋਇਆ, ਪੋਲੀਟੀਕਲ ਪਾਰਟੀਆਂ ਨੇ ਕੀਤਾ ਹੋਇਆ। ਨਸ਼ਿਆਂ ਦੀ ਗੱਲ ਕਰ ਲਈਏ, ਚਾਹੇ ਨਸ਼ੇ ਜਦੋਂ ਤੁਸੀਂ ਆਏ ਹੋ ਪੰਜਾਬ ਤੋਂ ਉਦੋਂ ਤਾਂ ਨਹੀਂ ਇੰਨੇ ਸੀ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਹੋਣਾ, ਅਤੇ ਇਹਦਾ ਕੀ ਹੱਲ ਲੱਗਦਾ ਤੁਹਾਨੂੰ, ਕੀ ਹੱਲ ਹੋਣਾ ਚਾਹੀਦਾ ਨਸ਼ਿਆਂ ਦਾ ਜਿਹੜਾ ਪੰਜਾਬ ਦੇ ਵਿੱਚ? ਹਾਲ ਇਹ ਹੈ ਕਿ ਪੁਲਿਸ ਜਿਹੜੀ ਹੈ, ਪੁਲਿਸ ਵਿੱਚ ਮਿਲੀ ਜੀ ਇਹਨਾਂ ਦੇ ਪੋਲੀਟੀਸ਼ੀਅਨ ਔਰ ਪੁਲਿਸ ਜਿਹੜੇ ਆਪਸ ਇਹਨਾਂ ਦੇ ਤਾਲਮੇਲ, ਪੁਲਿਸ ਵਾਲੇ ਖੁਦ ਰਲੇ ਹੋਏ ਨੇ, ਬਹੁਤ ਸਾਰੇ ਪੁਲਿਸ ਵਾਲੇ ਵੇਚਦੇ ਵੀ ਨੇ, ਬਹੁਤ ਸਾਰੇ ਪੁਲਿਸ ਵਾਲੇ ਹੁਣ ਫੜੇ ਗਏ ਪਿੱਛੇ, ਤੁਹਾਨੂੰ ਪਤਾ ਹੀ ਫੜੇ ਗਏ ਨੇ, ਔਰ ਕਈ ਫਿਰ ਲੀਡਰਾਂ ਦਾ ਨਾਮ ਆਉਂਦਾ ਪੁਲਿਸ ਵਾਲੇ ਨੂੰ, ਸ਼ਾਇਦ ਲੀਡਰਾਂ ਦੀ ਹੁੰਦੀ ਹੈ, ਅਤੇ ਲੀਡਰਾਂ ਨੂੰ ਫਿਰ ਕੋਈ ਪੁੱਛਣ ਦੱਸਣ ਵਾਲਾ ਹੈ ਨਹੀਂ, ਕੌਣ ਕਹੇ ਰਾਣੀਏ ਅੱਗਾ ਢੱਕ ਉੱਤੇ ਹਾਲ ਹੈਗਾ। ਪਰ ਇਹ ਹਾਲ ਬਹੁਤ ਮੰਦਭਾਗਾ ਮੰਦਭਾਗਾ ਜੀ, ਬਹੁਤ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸਾਡੇ ਬਾਹਰਲੇ ਮੁਲਕਾਂ ਦੇ, ਬੜੇ ਬੱਚਿਆਂ ਨੂੰ ਲਿਆਉਣੋਂ ਹਟ ਗਏ, ਉੱਧਰ ਬੱਚਿਆਂ ਨੂੰ ਕਹਿੰਦੇ ਨਹੀਂ ਵੀ ਉੱਧਰ ਮਾਹੌਲ ਠੀਕ ਨਹੀਂ ਹੈ। ਸੋ ਇਹ ਮਾਹੌਲ ਪਰਮਾਤਮਾ ਕਰੇ ਠੀਕ ਹੋਵੇ ਪੰਜਾਬ ਦੇ ਵਿੱਚ, ਸਾਡਾ ਹੁਣ ਪੰਜਾਬ ਜਿਹੜਾ ਗੰਧਲਾ ਪੰਜਾਬ ਬਣ ਗਿਆ, ਉਹ ਰੰਗਲਾ ਪੰਜਾਬ ਨਹੀਂ ਹੈ, ਗੰਧਲਾ ਪੰਜਾਬ ਹੈ ਜੀ, ਹਾਂ ਰੰਗਲਾ ਪੰਜਾਬ ਉਹ ਬਣੇ। ਠੀਕ ਹੈ ਜੀ, ਤੁਸੀਂ ਇਹ ਗੱਲਬਾਤ ਕੀਤੀ, ਕੁਛ ਕਹਿਣਾ ਚਾਹੁੰਦੇ ਅਖੀਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ, ਕੋਈ ਸੁਨੇਹਾ ਦੇਣਾ ਚਾਹੁੰਦੇ, ਘਰਾਂ ਵਿੱਚ ਬੈਠੇ ਪੰਜਾਬੀ ਹੈਗੇ ਨੇ, ਕੋਈ ਰੀਨੋ ਬਾਰੇ ਖਾਸ ਗੱਲ ਦੱਸਣੀ ਚਾਹੁੰਦੇ ਹੋ? ਜ਼ਰੂਰ। ਰੀਨੋ ਬਾਰੇ ਤਾਂ ਇਹੀ ਹੈ ਜੀ, ਇੱਕ ਬਹੁਤ ਛੋਟਾ, ਜਿੱਦਾਂ ਇਹਦਾ ਨਾਂ ਆ ਬਿਗੈਸਟ ਲਿਟਲ ਸਿਟੀ ਇਨ ਦਾ ਵਰਲਡ, ਛੋਟਾ ਸ਼ਹਿਰ ਆ, ਹਰ ਇੱਕ ਫੈਸਿਲਿਟੀ ਹੈ ਇੱਥੇ, ਇੱਥੇ ਜ਼ਿਆਦਾ ਰਸ਼ ਰੌਲਾ ਨਹੀਂ, ਤੁਸੀਂ ਏ ਟੂ ਬੀ ਪੁਆਇੰਟ ਪੂਰੇ ਸ਼ਹਿਰ ਤੁਸੀਂ 10-15 ਮਿੰਟ ਦੇ ਟਾਈਮ ਤੁਸੀਂ ਪਹੁੰਚ ਸਕਦੇ ਹੋ ਜੀ, ਅਤੇ ਬਹੁਤ ਇੱਥੇ ਜਿਹੜਾ ਵਾਤਾਵਰਨ ਆ ਜਾਂ ਮਾਹੌਲ ਆ, ਚਾਰੇ ਸਾਡੇ ਕੋਲ ਸੀਜ਼ਨ ਨੇ, ਠੰਡ ਵੀ ਹੈ ਗਰਮੀ ਵੀ ਹੈ, ਹੁਣ ਥੋੜ੍ਹੀ ਬਰਸਾਤ ਵੀ ਹੋਣ ਲੱਗ ਗਈ, ਅਤੇ ਬਾਕੀ ਜੀ ਤੁਹਾਡਾ ਧੰਨਵਾਦ ਜਸ ਪੰਜਾਬੀ ਵਾਲੇ ਦਾ, ਤੁਸੀਂ ਸਾਰੇ ਸੁਨੇਹਾ ਪਹੁੰਚਾਉਂਦੇ ਹੋ ਜੀ, ਥੈਂਕ ਯੂ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਕਰਾਂਗੇ ਗੱਲਾਂ ਬਾਤਾਂ, ਦੇਖਦੇ ਰਹੋ ਜਸ ਪੰਜਾਬ। ਥੈਂਕ ਯੂ, ਸਵਾਗਤ ਹੈ ਜੀ ਆਖਰੀ ਪੜਾਅ ਪ੍ਰੋਗਰਾਮ ਦਾ, ਔਰ ਸਾਰੇ ਮਹਿਮਾਨ ਮੇਰੇ ਨਾਲ ਇਕੱਠੇ ਹੋਏ ਨੇ, ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਸਭ ਤੋਂ ਵੱਡਾ ਧੰਨਵਾਦ ਹਰਪ੍ਰੀਤ ਸਿੰਘ ਦਹੀਆ ਸਾਹਿਬ, ਜਿਹੜੇ ਕਿ ਫਾਊਂਡਰ ਨੇ ਇਸ ਸ਼ਿਕਾਗੋ ਪੀਜ਼ਾ ਵਿਦ ਦੇ ਟ੍ਰਸਟ ਦੇ, ਬਹੁਤ ਬਹੁਤ ਮੁਬਾਰਕਾਂ ਸਰ ਜੀ। ਸਤਿ ਸ਼੍ਰੀ ਅਕਾਲ। ਅਤੇ ਸਤਿ ਸ਼੍ਰੀ ਅਕਾਲ ਜੀ, ਅਤੇ ਵੈਸੇ ਤਾਂ ਤੁਸੀਂ ਟੀਵੀ 'ਤੇ ਸਾਡੇ ਜਿੰਨੇ ਕੁ ਪੰਜਾਬੀ ਸਾਨੂੰ ਪਛਾਣਦੇ ਨੇ ਘਰਾਂ ਵਿੱਚ ਬੈਠੇ, ਉਹਨੇ ਤੁਹਾਨੂੰ ਪਛਾਣਦੇ, ਤੁਹਾਡਾ ਵੀ ਪ੍ਰੋਗਰਾਮ ਕੋਈ ਨਾ ਕੋਈ ਆਉਂਦਾ ਰਹਿੰਦਾ, ਕਿਉਂਕਿ ਤੁਸੀਂ ਕੋਈ ਨਾ ਕੋਈ ਓਪਨਿੰਗ ਕਰਦੇ ਰਹਿੰਦੇ ਹੋ, ਅਤੇ ਨਵੀਂ ਅਤੇ ਪਹਿਲਾਂ ਤਾਂ ਇਸ ਲੋਕੇਸ਼ਨ ਦੀਆਂ ਵਧਾਈਆਂ ਬਹੁਤ ਬਹੁਤ। ਹਾਂ ਥੈਂਕ ਯੂ ਜੀ, ਜਸ ਪੰਜਾਬੀ ਨੂੰ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਆਪਣੀ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਟੀਮ ਵੱਲੋਂ, ਅਤੇ ਤੁਸੀਂ ਟਾਈਮ ਕੱਢ ਕੇ ਇੱਥੇ ਆਏ ਹੋ, ਅਤੇ ਅੱਜ ਆਪਣੇ ਬਿਸ਼ਨ ਭਾਅ ਜੀ ਅਤੇ ਇਹਨਾਂ ਦੀ ਟੀਮ ਨੇ ਲੋਕੇਸ਼ਨ ਲਾਂਚ ਕੀਤੀ ਆ ਰੀਨੋ ਦੇ ਵਿੱਚ, ਆਪਣੀ ਇਹ ਸੈਕਿੰਡ ਲੋਕੇਸ਼ਨ ਆ, ਪਹਿਲੀ ਆਪਣੀ ਨਛੱਤਰ ਭਾਅ ਜੀ ਉਹਨਾਂ ਨੇ ਇੱਥੇ ਕਲੀਅਰ ਏਕਰ ਲੈਣ ਦੇ ਵਿੱਚ ਸਟਾਰਟ ਕੀਤੀ ਸੀ 4 ਮਹੀਨੇ ਪਹਿਲਾਂ, ਸੋ ਕਾਫੀ ਵਧੀਆ ਰਿਸਪੋਂਸ ਮਿਲਿਆ, ਸੋ ਆਪਣੀ ਪੰਜਾਬੀ ਕਮਿਊਨਿਟੀ ਤੋਂ ਵੀ ਅਤੇ ਲੋਕਲ ਕਮਿਊਨਿਟੀ ਤੋਂ ਵੀ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਵਧਾਈ ਦਿੰਦੇ ਹਾਂ ਅਸੀਂ ਆਪਣੀ ਬਿਸ਼ਨ ਭਾਅ ਜੀ ਦੀ ਟੀਮ ਨੂੰ, ਅਤੇ ਰੱਬ ਇਹਦੀ ਤਰੱਕੀਆਂ ਬਖਸ਼ੇ। ਅੱਛਾ, ਫਿਰ ਹੁਣ ਤੁਸੀਂ ਜਿਵੇਂ ਕ੍ਰਿਕਟ ਵਾਲੇ ਅੱਜ ਕੱਲ੍ਹ ਵਰਲਡ ਕੱਪ ਮੈਚ ਦੇ ਵਿੱਚ ਵੀ ਉਹ ਬੈਟ ਇੱਦਾਂ ਕਰਦੇ ਨੇ ਹਾਫ ਸੈਂਚਰੀ ਦੇ, ਫੁੱਲ ਸੈਂਚਰੀ ਦੇ, ਪੂਰੀ ਸੈਂਚਰੀ, ਤੁਸੀਂ ਹੁਣ ਫਿਰ ਹਾਫ ਸੈਂਚਰੀ ਵਾਲਾ ਬੈਟ ਤਾਂ ਮੇਰੇ ਖਿਆਲ ਛੇਤੀ ਕਰ ਦਿੰਦੇ ਮਹੀਨੇ ਕੁ ਤੱਕ ਉੱਪਰ, ਅਤੇ ਫੁੱਲ ਸੈਂਚਰੀ ਵਾਲਾ ਬੈਟ ਜਿਹੜਾ ਉਹ ਵੀ ਤਿਆਰੀ ਹੈ? ਹਾਂਜੀ, ਅਸੀਂ ਬਸ ਰੀਨੋ ਤੋਂ ਬਾਅਦ 4 ਲੋਕੇਸ਼ਨ ਹੋਰ ਲਾਂਚ ਹੋ ਰਹੀਆਂ ਨੇ, ਅਤੇ ਹਾਫ ਸੈਂਚਰੀ ਦੇ ਲਾਗੇ ਆ, ਅਤੇ ਜਿੱਦਾਂ ਆਪਾਂ ਡਿਸਕਸ ਕੀਤਾ ਸੀ ਓਹਾਇਓ ਦੇ ਵਿੱਚ 75 ਲੋਕੇਸ਼ਨ ਥਰੂ ਆਊਟ ਦ ਸਟੇਟ ਸ਼ੁਰੂ ਕਰ ਰਹੇ ਹਾਂ ਪ੍ਰੋਜੈਕਟ। ਹਾਂਜੀ, ਅਤੇ
ਅਤੇ ਕਿਵੇਂ ਤਜ਼ਰਬਾ ਸ਼ਿਕਾਗੋਜ਼ ਪੀਜ਼ਾ ਦਾ ਹੁਣ ਫਟਾਫਟ ਇੱਥੇ ਕਿੰਨੇ ਕੁ ਫਟਾਫਟ ਖੁੱਲ੍ਹ ਜਾਣਗੇ? ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਬਹੁਤ ਸਾਰਿਆਂ ਨੂੰ ਜੀ, ਅਤੇ ਜਸ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਆ ਕੇ ਉਹਦਾ ਲਾਇਕ ਕੀਤਾ, ਅਤੇ ਆਪਣੇ ਸ਼ਿਕਾਗੋ ਪੀਜ਼ਾ ਹਰਪ੍ਰੀਤ ਉਹਨਾਂ ਦੀ ਭਾਜੀ ਹੋਣ ਦੀ ਟੀਮ ਬਹੁਤ ਹੀ ਵਧੀਆ, ਇਹਨਾਂ ਦਾ ਬਹੁਤ ਹੀ ਵਧੀਆ ਚੰਗੇ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਇਹਨਾਂ ਦੱਸ ਰਹੇ ਆ, ਅਤੇ ਸਾਰਾ ਕੁਛ ਬਹੁਤ ਵਧੀਆ ਭਾਜੀ, ਅਤੇ ਧੰਨਵਾਦ ਜੀ ਸਾਰਿਆਂ ਦਾ ਬਹੁਤ। ਚਲੋ ਅੱਛਾ ਹਰਪ੍ਰੀਤ ਜੀ, ਜਿੱਦਾਂ ਹੋਰ ਕੰਟਰੀਜ਼ ਦੀਆਂ ਵੀ ਇਨਕੁਆਇਰੀ ਤੁਹਾਡੇ ਕੋਲ ਆਉਂਦੀਆਂ ਹੋਣਗੀਆਂ, ਸਾਨੂੰ ਵੀ ਲੋਕ ਪੁੱਛਦੇ ਨੇ, ਮੈਂ ਟੈਕਸਿਸ ਹੁਣ ਗਿਆ ਸੀਗਾ, ਟੈਕਸਿਸ ਵੀ ਲੋਕ ਪੁੱਛਦੇ ਸੀਗੇ ਵੀ ਯਾਰ ਇੱਧਰ ਸਾਡੇ ਪੀਜ਼ਾ, ਵੈਸੇ ਤੁਸੀਂ ਦੱਸਿਆ ਪਹਿਲਾਂ ਉਹ ਹਜੇ ਪ੍ਰੋਗਰਾਮ ਟੈਲੀਕਾਸਟ ਹੋਊਗਾ ਕਿ ਉੱਥੇ ਵੀ ਲੋਕੇਸ਼ਨਾਂ ਖੁੱਲ੍ਹ ਰਹੀਆਂ ਨੇ, ਸੋ ਜਿਹੜੇ ਪੂਰੇ ਅਮੈਰੀਕਾ ਦੇ ਵਿੱਚ ਉਡੀਕਦੇ ਨੇ ਸ਼ਿਕਾਗੋ 'ਚ ਪੀਜ਼ਾ ਨੂੰ, ਔਰ ਪਤਾ ਸਭ ਨੂੰ ਹੈ, ਜਾਣਦੇ ਸਾਰੇ ਨੇ, ਖਾਧਾ ਵੀ ਤਕਰੀਬਨ ਕਾਫੀ ਲੋਕਾਂ ਨੇ ਹੈਗਾ, ਜਿਹੜੇ ਹੋਰ ਸਟੇਟਸ ਦੇ ਵਿੱਚ ਜਿੱਥੇ ਹਜੇ ਤੱਕ ਸ਼ਿਕਾਗੋ 'ਚ ਪੀਜ਼ਾ ਦੀਆਂ ਲੋਕੇਸ਼ਨ ਨਹੀਂ ਖੁੱਲ੍ਹੀਆਂ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ, ਉਹ ਕਿਵੇਂ ਤੁਹਾਡੇ ਤੱਕ ਅਪਰੋਚ ਕਰਨ ਜਾਂ ਕਿਵੇਂ ਕਰਨ, ਕਿਵੇਂ ਇਹਦਾ ਪ੍ਰੋਸੀਜਰ ਕੀ ਹੈ ਫਰੈਂਚਾਈਜ਼ ਲੈਣ ਦਾ? ਕਿਸੇ ਵੀ ਨੇ ਸਾਨੂੰ ਅਪਰੋਚ ਕਰਨਾ ਆ ਬਿਜ਼ਨਸ ਬਾਰੇ ਨੌਲੇਜ ਲੈਣ ਲਈ, ਉਹ ਸਾਡਾ ਟੋਲ ਫਰੀ ਨੰਬਰ ਹੈਗਾ 8778889478, ਕਿਸੇ ਵੀ ਲੋਕੇਸ਼ਨ 'ਤੇ ਕਾਲ ਕਰਕੇ ਨੰਬਰ ਲੈ ਸਕਦੇ ਹੋ, ਅਤੇ ਉਹਦੇ ਵਿੱਚ ਤੁਹਾਨੂੰ ਫਰੈਂਚਾਈਜ਼ ਪੈਕੇਜ ਜਿਹੜਾ ਵਾ ਉਹ ਭੇਜ ਦਿੰਦੇ ਨੇ। ਬਾਕੀ ਕਾਫੀ ਲੋਕੇਸ਼ਨਾਂ ਦੇ ਸਟੇਟਾਂ ਦੇ ਵਿੱਚ ਜਿਹੜੀ ਅਸੀਂ ਕੰਸਟਰਕਸ਼ਨ ਚੱਲ ਰਹੀ ਆ, ਨੌਰਥ ਕਲੋਨਾ ਦੇ ਵਿੱਚ ਆ ਰਿਹਾ, ਪੈਨਸਲਵੇਨੀਆ ਚੱਲ ਰਹੀ ਆ, ਟੈਕਸਸ ਦੇ ਵਿੱਚ ਡੈਲਸ ਹੂਸਟਨ ਦੋਨੇ ਪਾਸੇ ਆ ਰਿਹਾ, ਟੈਨਸੀ ਨੈਸ਼ਵਿਲ ਇੰਡੀਆਨਾ ਦੇ ਵਿੱਚ ਜੇ ਦੋ ਲੋਕੇਸ਼ਨ ਕੀਤੀਆਂ, ਤੀਜੀ ਖੁੱਲ੍ਹ ਰਹੀ ਆ, ਸੋ ਕਾਫੀ ਸਟੇਟਾਂ ਦੇ ਵਿੱਚ ਜਿੱਦਾਂ ਤੁਹਾਨੂੰ ਲੱਗੂ ਈਚ ਮੰਥ ਕਿਤੇ ਨਾ ਕਿਤੇ ਓਪਨਿੰਗ ਆ ਰਹੀ ਆ, ਅਤੇ ਕੈਨੇਡਾ ਬ੍ਰਮਟਨ ਦੇ ਵਿੱਚ ਵੀ ਸ਼ੁਰੂ ਆ ਅਤੇ ਸਰੀ 'ਚ ਵੀ ਸ਼ੁਰੂ। ਵਾਹ ਜੀ ਵਾਹ, ਵਾਹ ਜੀ ਵਾਹ, ਅਤੇ ਬੜੀ ਵਧੀਆ ਗੱਲ ਆ ਸਾਡੇ ਜਸ ਪੰਜਾਬੀ ਦੇ ਦਰਸ਼ਕਾਂ ਵਾਸਤੇ ਕਿ ਅਸੀਂ ਵੀ ਨਾਲ, ਸਾਡੀ ਟੀਮ ਜਿਹੜੀ ਹੈ ਜਸ ਪੰਜਾਬੀ, ਇਹਨਾਂ ਨਾਲ ਪੂਰੀ ਟੀਮ ਜੁੜੀ ਹੋਈ ਆ, ਜਿੱਥੇ ਵੀ ਇਹਨਾਂ ਦੀ ਕਿਤੇ ਲੋਕੇਸ਼ਨ ਓਪਨ ਹੁੰਦੀ ਆ ਕੋਸ਼ਿਸ਼ ਕਰੀ ਦੀ ਉੱਥੇ ਪਹੁੰਚ ਕੇ ਉੱਥੋਂ ਕੋਈ ਨਾ ਕੋਈ ਪ੍ਰੋਗਰਾਮ ਕਰੀਏ। ਅਤੇ ਹਾਂਜੀ, ਬਿਸ਼ਨਾ ਜਿੰਦਾਬਾਦ, ਹਾਂਜੀ ਅਖੀਰ ਦੇ ਵਿੱਚ ਫਿਰ ਜਿਨ੍ਹਾਂ ਤੋਂ ਸ਼ੁਰੂਆਤ ਕੀਤੀ ਸੀ ਅੱਜ ਦੇ ਪ੍ਰੋਗਰਾਮ ਦੀ, ਬਿਸ਼ਨ ਸਿੰਘ ਪਰਮਾਰ ਸਾਹਿਬ, ਅਤੇ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਦਾ, ਧੰਨਵਾਦ ਘਰਾਂ ਵਿੱਚ ਬੈਠਿਆਂ ਦਾ, ਇੱਥੇ ਜਿੰਨੇ ਆਏ ਹੋਏ ਨੇ ਹਜੇ ਕਾਫੀ ਬਾਹਰ ਸੁਣਦਾ ਰੌਲਾ ਇੱਥੋਂ ਤੱਕ ਕਿ ਇੰਜੋਏ ਕਰ ਰਹੇ ਨੇ ਪੀਜੇ ਦਾ ਹਜੇ ਵੀ, ਹਾਲਾਂਕਿ ਤੁਸੀਂ 8 ਵਜੇ ਤੱਕ ਰੱਖਿਆ ਸੀ, ਅਜੇ ਵੀ ਪੂਰੀ ਰੌਣਕ ਲੱਗੀ ਹੋਈ ਆ। ਸੋ ਘਰਾਂ ਵਿੱਚ ਬੈਠੇ ਦਰਸ਼ਕਾਂ ਨੂੰ, ਖਾਸ ਤੌਰ 'ਤੇ ਪੂਰੀ ਦੁਨੀਆ ਦੇ ਵਿੱਚ, ਅਤੇ ਇੱਥੇ ਪਹੁੰਚੇ ਹੋਏ ਮਹਿਮਾਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬਹੁਤ ਬਹੁਤ ਥੈਂਕ ਯੂ ਜੀ ਸਾਰਿਆਂ ਦਾ ਆਉਣ ਦਾ, ਅਤੇ ਬਹੁਤ ਵਧੀਆ ਐਕਸਪੀਰੀਅੰਸ ਹੋਇਆ ਅੱਜ, ਮਤਲਬ ਇੰਨੇ ਕੁ ਅਸੀਂ ਸਪੈਕਟ ਨਹੀਂ ਸੀ ਕਰਦੇ ਜਿੰਨੇ ਬੰਦੇ ਅੱਜ ਆਏ ਆ, ਅਤੇ ਸਾਰੇ ਰੀਨੋ ਕਮੇਟੀ ਦਾ ਅਤੇ ਜਸ ਪੰਜਾਬੀ ਦਾ ਅਤੇ ਹਰਪ੍ਰੀਤ ਭਾਜੀ ਦਾ, ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਜੀ। ਜਿੰਨੇ ਬੰਦੇ ਤੁਸੀਂ ਐਕਸਪੈਕਟ ਕਰਦੇ ਸੀ ਉਦੋਂ ਕਿਤੇ ਵੱਧ ਆਏ ਨੇ, ਪਰ ਪੀਜ਼ਾ ਫੇਮ ਨਹੀਂ ਥੋੜ੍ਹਿਆ, ਪੀਜ਼ਾ ਨਹੀਂ ਥੋੜ੍ਹਿਆ। ਹਾਂ ਨਹੀਂ, ਮੈਂ ਦੇਖ ਰਿਹਾ ਸੀ, ਮੇਰੇ ਖਿਆਲ ਤੁਹਾਡੀ 500-700 ਬੰਦੇ ਦੀ ਐਕਸਪੈਕ 700 ਬੰਦੇ ਦੀ ਸੀਗੀ ਉਮੀਦ, ਅਤੇ ਇੱਥੇ ਜਿਹੜੇ ਲੋਕ ਹੋਰ ਪੰਜਾਬੀਆਂ ਤੋਂ ਬਿਨਾਂ ਆਏ ਨੇ ਉਹ ਮੇਰੇ ਖਿਆਲ 1200-1300 ਦੇ ਕਰੀਬ ਤਾਂ ਉਹ ਆਉਂਦੇ ਜਾਂਦੇ ਚੱਲ ਗਏ ਸਾਰੇ, ਠੀਕ ਹੈ ਜੀ। ਹਰਪ੍ਰੀਤ ਭਾਜੀ, ਫਿਰ ਫਤਿਹ ਬੁਲਾਈਏ ਇਸ ਤੋਂ ਪਹਿਲਾਂ ਕਿ ਜ਼ਰੂਰ ਤੁਸੀਂ ਵੀ ਦੋ ਸ਼ਬਦ ਹੋਰ ਕੀ ਕਹਿਣਾ ਚਾਹੁੰਦੇ ਹੋ, ਜਿਹੜੀ ਪਹਿਲੀ ਲੋਕੇਸ਼ਨ ਆ ਸਾਡੇ ਗਵਾਂਢ 'ਚ ਹੀ ਹੈ ਤੁਹਾਡੀ, ਸੈਕਰਾਮੈਂਟੋ ਦੇ ਵਿੱਚ ਜਿਹੜੀ ਪਹਿਲੀ ਲੋਕੇਸ਼ਨ? ਆਓ ਜੀ ਬੈਂਸ ਸਾਹਿਬ, ਹੁਣ ਪੈਸੇ ਲੱਗਣੇ ਸ਼ੁਰੂ ਹੋਏ ਨੇ। ਮੈਂ ਇੰਨੀ ਗੱਲ ਜ਼ਰੂਰ ਕਹਿਣੀ ਚਾਹੂੰਗਾ, ਵਧਾਈ ਬਿਸ਼ਨਪੁਰ ਭਾਜੀ ਨੂੰ, ਜਿਨ੍ਹਾਂ ਦੀ ਮਿਹਨਤ ਦਾ ਫਲ ਮਿਲ ਰਿਹਾ ਉਹਨਾਂ ਨੂੰ, ਅਤੇ ਭਾਜੀ ਬਹੁਤ ਮਿਹਨਤ ਕਰਦੇ ਨੇ ਅਤੇ ਇੱਦਾਂ ਹੀ ਕਰਦੇ ਰਹਿਣ, ਅਤੇ ਸਾਡੇ ਵਿੱਚ ਇੱਦਾਂ ਹੀ ਬੈਠੇ ਰਹਿਣ। ਚਲੋ ਜੀ, ਬਹੁਤ ਮਿਹਰਬਾਨੀ ਸਾਰਿਆਂ ਦੀ, ਸਾਰੇ ਹਰਪ੍ਰੀਤ ਭਾਜੀ ਤੁਹਾਡੀ ਬਹੁਤ ਮਿਹਰਬਾਨੀ, ਅਤੇ ਬਹੁਤ ਬਹੁਤ ਧੰਨਵਾਦ ਸਭ ਦਾ। ਅਤੇ ਹੁਣ ਸਮਾਂ ਅੱਗੇ ਹੋਰ ਆਗਿਆ ਨਹੀਂ ਦਿੰਦਾ ਜੀ, ਦੁਬਾਰਾ ਫਿਰ ਆਪਾਂ ਕੁਲਦੀਪ ਘੁੰਮਣ ਸਾਹਿਬ ਵੀ ਹੈਗੇ ਨੇ, ਸਾਡੇ ਸਾਰੇ ਦੋਸਤ ਵੀ, ਤਾਂ ਸਾਡਾ ਪਰਿਵਾਰ ਇੱਕ ਰੀਨੋ ਦੇ ਵਿੱਚ ਵੱਖਰੀ ਤਰ੍ਹਾਂ ਦਾ ਬਣਿਆ ਹੋਇਆ। ਸੋ ਹੁਣ ਇੱਥੇ ਦਰਸ਼ਨ ਮੇਲੇ ਮੇਰੇ ਖਿਆਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਮਹੀਨੇ 'ਚ ਇੱਕ ਅੱਧੀ ਵਾਰੀ ਜ਼ਰੂਰ ਹੋਇਆ ਕਰਨਗੇ। ਘਰਾਂ ਵਿੱਚ ਬੈਠੇ ਦਰਸ਼ਕਾਂ ਨੂੰ ਮੈਂ ਦੱਸ ਦੇਵਾਂ, ਤੁਸੀਂ ਕੋਈ ਵੀ ਗੱਲਬਾਤ ਕਰਨੀ ਆ ਵੈਸਟ ਕੋਸਟ ਦੇ ਵਿੱਚ, ਕੋਈ ਵੀ ਪ੍ਰੋਗਰਾਮ, ਈਵੈਂਟ, ਕੋਈ ਵੀ ਲਾਈਵ ਕਵਰੇਜ ਜਾਂ ਕੋਈ ਖਬਰ ਦੇਣੀ ਚਾਹੁੰਦੇ ਹੋ ਤਾਂ ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਸਾਡਾ ਫੇਸਬੁੱਕ, ਟਵਿੱਟਰ ਤੋਂ ਇਲਾਵਾ ਮੇਰਾ ਸੈੱਲ ਨੰਬਰ ਜਿਹੜਾ 209-450-3362 ਉਹ ਵੀ ਤੁਹਾਡੇ ਕੋਲ ਹੈਗਾ। ਕਿਸੇ ਵੀ ਤਰ੍ਹਾਂ ਦੀ ਗੱਲਬਾਤ ਹੋਵੇ ਤਾਂ ਜ਼ਰੂਰ ਕਾਲ ਕਰੋ। ਅਤੇ ਅਖੀਰ ਦੇ ਵਿੱਚ ਪੂਰੀ ਦੁਨੀਆ ਵਿੱਚ ਬੈਠੇ ਪੰਜਾਬੀਆਂ ਦੀ ਚੜ੍ਹਦੀ ਕਲਾ ਲਈ ਦੁਆਵਾਂ ਮੰਗਦਾ ਹੋਇਆ ਮੈਂ ਜਗਤਾਰ ਜੱਗੀ ਤੁਹਾਡੇ ਤੋਂ ਵਿਦਾ ਲੈਂਦਾ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ, ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਾਣਾ।